ਪੀਓ ਵੈਬ ਇੰਟਰਨੈਸ਼ਨਲ ਮੀਡੀਆ ਵੱਲੋਂ ਤੁਹਾਡੇ ਲਈ ਪੇਸ਼ ਕਰਦੀ ਆ ਹਫ਼ਤਾਵਾਰੀ ਪ੍ਰੋਗਰਾਮ ਆਵਾਜ਼ ਇੰਟਰਨੈਸ਼ਨਲ। ਇਹ ਪ੍ਰੋਗਰਾਮ ਪੰਜਾਬ ਰੌਕਸ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਸਾਰੇ ਸਰੋਤਿਆਂ ਨੂੰ ਮੇਰੀ ਨਵ ਭੱਟੀ ਵੱਲੋਂ ਸਤਿ ਸ੍ਰੀ ਅਕਾਲ। ਅੱਜ ਦਸੰਬਰ ਮਹੀਨੇ ਦੀ 22 ਤਾਰੀਖ ਹੈ ਸਨ 2019 ਔਰ ਇਸ ਵਕਤ ਟੋਰਾਂਟੋ ਦੇ ਵਿਚ ਸ਼ਾਮ ਦੇ 8 ਵਜੇ ਹਨ। ਤੇ ਜੇ ਆਪਾਂ ਵੈਦਰ ਵਾਈਜ਼ ਗੱਲ ਕਰੀਏ ਤੇ ਅੱਜ ਟੋਰਾਂਟੋ ਦੇ ਵਿਚ ਵੈਦਰ ਬਹੁਤ ਹੀ ਵਧੀਆ ਰਿਹਾ। ਬ੍ਰਾਈਟ ਸਨ ਦੇ ਨਾਲ ਡੇ ਟਾਈਮ ਤੇ ਵਾਰਮ ਰਿਹਾ, ਪਲੱਸ 6 ਡਿਗਰੀ ਤੱਕ ਟੈਂਪਰੇਚਰ ਜਿਹੜਾ ਚਲਾ ਗਿਆ ਸੀ। ਹੁਣ ਸ਼ਾਮ ਦੇ ਟਾਈਮ ਥੋੜਾ ਕਲਾਉਡੀ ਹੋ ਗਿਆ ਤੇ ਟੈਂਪਰੇਚਰ ਵੀ ਪਲੱਸ 3 ਹੋ ਗਿਆ। ਮਾਰਨਿੰਗ ਦੇ ਵਿਚ, ਕੱਲ ਮਾਰਨਿੰਗ ਦੇ ਵਿਚ ਜਿਹੜਾ ਮੰਡੇ ਮਾਰਨਿੰਗ ਆ, -1 ਤੋਂ ਸ਼ੁਰੂ ਹੋ ਕੇ ਪਲੱਸ 8 ਤੱਕ ਚਲੀ ਜਾਏਗਾ। ਸਾਰਾ ਵੀਕ ਹੀ ਟੈਂਪਰੇਚਰ ਜਿਹੜਾ ਆ ਵਾਰਮ ਸਾਈਡ ਤੇ ਰਹੇਗਾ। ਸੋ ਇਹ ਜਿਹੜਾ ਟੈਂਪਰੇਚਰ ਹੈਗਾ, ਗੁੱਡ ਟੈਂਪਰੇਚਰ ਕਹਿ ਲਓ ਕਿ ਗੁੱਡ ਟਾਈਮ ਤੇ ਆਇਆ, ਬਿਕੋਜ਼ ਹੁਣ ਹੋਲੀਡੇ ਸੀਜ਼ਨ ਵੀ ਸ਼ੁਰੂ ਹੋ ਚੁੱਕਾ ਆ। ਇਸ ਵੀਕ ਦੇ ਵਿਚ ਕ੍ਰਿਸਮਸ ਦੀਆਂ ਹੋਲੀਡੇਜ਼ ਵੀ ਨੇ, ਟੈਂਪਰੇਚਰ ਵੀ ਵਧੀਆ ਹੋ ਗਿਆ ਤੇ ਫੈਮਿਲੀ ਦਾ ਸਾਥ ਵੀ। ਖੂਬ ਇੰਜੋਏ ਕਰੋ ਵਿਦ ਫੈਮਿਲੀ ਐਂਡ ਫਰੈਂਡਸ, ਪਰ ਜਸਟ ਰਿਮੈਂਬਰ ਵਨ ਥਿੰਗ, ਡਰਿੰਕ ਕਰਕੇ ਕਾਰ ਨਾ ਚਲਾਇਓ। ਪਾਰਟੀਜ਼ ਤੇ ਜਾਣੇ ਤੋਂ ਪਹਿਲਾਂ ਹੀ ਤੁਸੀਂ ਆਪਣਾ ਡੈਜ਼ਿਗਨੇਟਿਡ ਡਰਾਈਵਰ ਚੁਣ ਲਓ ਘਰ ਤੋਂ ਹੀ, ਤੇ ਜੇ ਨਹੀਂ ਪੋਸੀਬਲ ਹੈਗਾ ਤੇ ਫਿਰ ਜਿਹੜੀ ਆ ਉਬਰ ਉਸਨੂੰ ਕਾਲ ਕਰ ਲਓ, ਕਿਉਂਕਿ ਠੀਕ ਹੈ ਨਾ ਕਿ ਅਸੀਂ ਆਪ ਵੀ ਸੇਫ ਰਹੀਏ ਤੇ ਬਾਕੀਆਂ ਨੂੰ ਵੀ ਸੇਫ ਰੱਖੀਏ। ਸੋ ਹੈਪੀ ਹੋਲੀਡੇਜ਼ ਐਵਰੀਵਨ ਐਂਡ ਮੈਰੀ ਕ੍ਰਿਸਮਸ। ਨਿਊ ਈਅਰ ਤੋਂ ਪਹਿਲਾਂ ਇੱਕ ਪ੍ਰੋਗਰਾਮ ਹੋਰ ਤੁਹਾਡੇ ਨਾਲ ਕਰਾਂਗੇ ਇਸ ਸਾਲ ਦਾ, ਇਹ ਸੈਕਿੰਡ ਲਾਸਟ ਪ੍ਰੋਗਰਾਮ ਇਸ ਸਾਲ ਦਾ, ਕਿਉਂਕਿ ਸਾਲ ਜਿਹੜਾ ਆਲਮੋਸਟ ਹੁਣ ਖਤਮ ਹੋਣੇ ਦੇ ਉੱਤੇ ਆ ਹੀ ਗਿਆ ਹੈਗਾ। ਤੇ ਜੇ ਦੋਸਤੋ ਤੁਸੀਂ ਵੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਆਪਣੀਆਂ ਰਿਕਾਰਡਿੰਗਸ ਕਰਕੇ ਮਿਊਜ਼ਿਕ ਤੋਂ ਬਿਨਾਂ ਤੁਸੀਂ ਮੈਨੂੰ ਭੇਜ ਸਕਦੇ ਹੋ। ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ 4165432078 ਤੇ ਜਾਂ ਫਿਰ ਤੁਸੀਂ ਜਿਹੜਾ ਸਾਡਾ ਫੇਸਬੁੱਕ ਦਾ ਪੇਜ ਹੈ ਆਵਾਜ਼ ਇੰਟਰਨੈਸ਼ਨਲ AWAZ ਇੰਟਰਨੈਸ਼ਨਲ, ਉਹਦੇ ਤੇ ਵੀ ਤੁਸੀਂ ਇਨਬਾਕਸ ਮੈਸੇਜਿਸ ਕਰਕੇ ਭੇਜ ਸਕਦੇ ਹੋ। ਤੁਸੀਂ ਆਪਣੀ ਆਵਾਜ਼ ਦੇ ਵਿਚ ਕੋਈ ਵੀ ਸਟੋਰੀ ਬੋਲ ਕੇ ਜਾਂ ਫਿਰ ਆਪਣੀ ਆਵਾਜ਼ ਦੇ ਵਿਚ ਕੋਈ ਵੀ ਗੀਤ ਗਾ ਕੇ ਬਿਨਾਂ ਮਿਊਜ਼ਿਕ ਤੋਂ ਤੁਸੀਂ ਉਹ ਭੇਜ ਦਿਓ ਤੇ ਮੈਂ ਉਸਨੂੰ ਇਸ ਪ੍ਰੋਗਰਾਮ ਦੇ ਇਸ ਦਾ ਹਿੱਸਾ ਜਿਹੜਾ ਆ ਜ਼ਰੂਰ ਬਣਾਉਂਗੀ। ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਆਵਾਜ਼ ਇੰਟਰਨੈਸ਼ਨਲ, ਜੋ ਕਿ ਪੰਜਾਬ ਰੌਕਸ ਦੇ ਸਹਿਯੋਗ ਦੇ ਨਾਲ ਵੀਪੀਓ ਵੈਬ ਇੰਟਰਨੈਸ਼ਨਲ ਮੀਡੀਆ ਦੀ ਟੀਮ ਦੇ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਹੁਣ ਇੱਥੇ ਸਟੂਡੈਂਟਸ ਆਉਂਦੇ ਨੇ, ਜਿਹੜੇ ਫੋਰਨ ਸਟੂਡੈਂਟਸ ਆਉਂਦੇ ਨੇ, ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ, ਉਹਨਾਂ ਦੀ ਅਸਲ ਵਜ੍ਹਾ ਕੀ ਹੈਗੀ ਆ ਕਿ ਉਹ ਇੰਡੀਆ ਤੋਂ ਕਿਉਂ ਇੰਨੇ ਜ਼ਿਆਦਾ ਆਉਂਦੇ ਆ। ਬਾਕੀ ਕੰਟਰੀਜ਼ ਦੇ ਵਿੱਚੋਂ ਵੀ ਆਉਂਦੇ ਆ, ਜੇ ਦੇਖੋ ਤੁਸੀਂ ਅੰਕੜੇ ਦੇਖੋ ਨਾ, ਤਾਂ ਫਿਰ ਚਾਈਨਾ ਜਿਹੜੀ ਇੱਕ ਐਸੀ ਕੰਟਰੀ ਆ ਜਿੱਥੋਂ ਸਭ ਤੋਂ ਜ਼ਿਆਦਾ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟਸ ਆਉਂਦੇ ਨੇ, ਤੇ ਫਿਰ ਅੱਗੇ ਆ ਜਾਂਦੇ ਨੇ ਆਪਣੇ ਇੰਡੀਅਨਸ ਵੀ, ਆਪਣੇ ਪੰਜਾਬੀ ਵੀ ਔਰ ਬਾਕੀ ਸਾਰੇ ਜਿਹੜੇ ਭਾਰਤ ਤੋਂ ਵੀ ਸਟੂਡੈਂਟਸ ਆਉਂਦੇ ਨੇ। ਤੇ ਅੱਜ ਆਪਾਂ ਗੱਲ ਕਰਾਂਗੇ ਹੀਰਾ ਸਿੰਘ ਹੰਸਪਾਲ ਜੀ ਦੇ ਨਾਲ, ਜੋ ਕਿ ਅੰਮ੍ਰਿਤਸਰ ਦੇ ਵਿਚ ਗੁਰੂ ਨਾਨਕ ਕਮਿਊਨਿਟੀ ਜਿਹੜੀ ਗੁਰੂ ਨਾਨਕ ਯੂਨੀਵਰਸਿਟੀ ਹੈ ਉਹਦੇ ਵਿਚ ਉਹ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਹੈਡ ਨੇ। ਗੱਲ ਕਰਾਂਗੇ ਉਹਨਾਂ ਦੇ ਨਾਲ, ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਆ। ਇਹ ਗੀਤ ਮੈਨੂੰ ਬੋਬ ਬਰਾੜ ਜੀ ਨੇ ਭੇਜਿਆ ਹੈ, ਉਹਨਾਂ ਕਹਿੰਦੇ ਨੇ ਕਿ ਉਹਨਾਂ ਦੇ ਫਰੈਂਡਸ ਦਾ ਗਾਇਆ ਹੋਇਆ ਇਹ ਗੀਤ ਆ। ਸੁਣਦੇ ਆ ਇਹ ਖੂਬਸੂਰਤ ਧੜਕੇ ਜਦੋਂ ਜ਼ਟੋਰ ਖੋਲਾ ਤਾਂ ਮੈਨੂੰ ਯਾਦ ਬਾਣੀਆਂ ਆ ਜਾਂਦਾ, ਗਾਕਾਂ ਨੂੰ ਜੀ ਜੀ ਕਰਦੇ ਦਾ ਮੇਰਾ ਅੰਦਰੋਂ ਜੱਟ ਸ਼ਰਮਾ ਜਾਂਦਾ, ਬਸ 2 ਘੰਟਿਆਂ ਵਿਚ ਵੀ ਗਾਲਾਂ ਕੱਢ ਜਾਂਦੇ ਨੇ ਕਾਲੇ, ਬੈਕਯਾਰਡ ਵਿਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ, ਬਸ ਬੈਕਯਾਰਡ ਵਿਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ, ਮੈਨੂੰ ਛੱਲੀਆਂ ਵਾਂਗੂ ਰਾਖੀ ਕਰਨੀ ਪੈਂਦੀ ਲਿਖਰ ਸਟੋਰਾਂ ਦੀ, ਕਾਂ ਇੱਥੇ ਵੀ ਤੰਗ ਕਰਦੇ ਨੇ ਬਸ ਨਸਲ ਬਦਲ ਗਈ ਚੋਰਾਂ ਦੀ, ਕੱਲ ਦੇਖਦੇ ਆ 2 ਘੜੇ ਸੈਲਫ ਤੋਂ ਚੱਕ ਕੇ ਭੱਜ ਗਏ ਸਾਲੇ, ਬਸ ਵੈਕ ਯਾਰਡ ਵਿਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ, ਬਸ ਵੈਕ ਯਾਰਡ ਵਿਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ।
ਸੂਹੇ ਸੂਹੇ ਲਾਲ ਟਮਾਟਰ ਤੇ ਲਿਸ਼ਕਣ ਬੈਂਗਣ ਕਾਲੇ ਬਸ ਬੈਕ ਯਾਰਡ ਵਿੱਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ ਚੁੱਕ ਪੈਪ ਜਦੋਂ ਖੋਲਾਂ ਟੂਟੀ ਤਾਂ ਮੈਨੂੰ ਚੁੱਕ ਪੈਪ ਜਦੋਂ ਖੋਲਾਂ ਟੂਟੀ ਇੰਜ ਜਾਪੇ ਟਿਊਬਵੈਲ ਜੋੜ ਲਿਆ ਚੱਕ ਮਿਰਚਾਂ ਚੋਂ ਰੱਖ ਗੰਢਿਆਂ ਵਿੱਚ ਲੱਗਦਾ ਹੈ ਨੱਕਾ ਮੋੜ ਲਿਆ ਮੈਂ ਉਂਗਲਾਂ ਦੇ ਨਾਲ ਵਾਲ ਲੈਣਾ ਵਾ ਓ ਜੀ ਓ ਰਿਕ ਢਲੋ ਮੈਂ ਉਂਗਲਾਂ ਦੇ ਨਾਲ ਵਾਲ ਲੈਣਾ ਆ ਮਿੱਟੀ ਦੇ ਵਿੱਚ ਫਾਲੇ ਬਸ ਬੈਕ ਯਾਰਡ ਵਿੱਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ ਬਸ ਬੈਕ ਯਾਰਡ ਵਿੱਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ ਮੇਰਾ ਸੱਚੀ ਥਾਂਦੀ ਚਿੱਤ ਕਰਦਾ ਕਿ ਮੈਂ ਉੜ ਜਾ ਪਿੰਡ ਪਧਾਣਿਆਂ ਨੂੰ ਉਹ ਨਹੀਂ ਰੀਸਾਂ ਤੇਰੀਆਂ ਜਾ ਕੇ ਔੜ ਰਹੋ ਨਵਾਂ ਸ਼ਹਿਰ ਬੰਗਾ ਮਿਲ ਆਵਾਂ ਯਾਰ ਪੁਰਾਣਿਆਂ ਨੂੰ ਮੈਂ ਪਿੰਡ ਬਹਾਦਰਪੁਰ ਜਾਣਾ ਨਾਲੇ ਜਾਣਾ ਵਜੀਦ ਦੁਦਾਲੇ ਬਸ ਬੈਕ ਯਾਰਡ ਵਿੱਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ ਬਸ ਬੈਕ ਯਾਰਡ ਵਿੱਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ ਸੂਹੇ ਸੂਹੇ ਲਾਲ ਟਮਾਟਰ ਤੇ ਲਿਸ਼ਕਣ ਬੈਂਗਣ ਕਾਲੇ ਬੈਕ ਯਾਰਡ ਵਿੱਚ ਕਰ ਲਈਏ ਪੂਰੇ ਸ਼ੌਂਕ ਖੇਤੀਆਂ ਵਾਲੇ ਥੈਂਕ ਯੂ ਭਾਜੀ ਥੈਂਕ ਯੂ ਜੀ ਮੇਰਾ ਵੀਰ ਰਿਕ ਢਿੱਲੋਂ ਤੇ ਮੈਂ ਤੁਹਾਡਾ ਆਪਣਾ ਜਸਿੰਦਰ ਸਾਡੇ ਵੱਡੇ ਵੀਰ ਥਾਂਦੀ ਸਾਹਿਬ ਦਾ ਆਪਾਂ ਗਾਣਾ ਤੁਹਾਡੀ ਨਜ਼ਰ ਕੀਤਾ ਅਗਰ ਵਧੀਆ ਲੱਗੇ ਸ਼ੇਅਰ ਜਰੂਰ ਕਰਿਓ ਜਲਦੀ ਬਲਦੀ ਕੋਈ ਮਾਫ ਥੈਂਕ ਯੂ ਸੋ ਮਚ ਲਵ ਯੂ ਆਲ ਜੇ ਤੁਸੀਂ ਗ੍ਰੇਟਰ ਟੋਰਾਂਟੋ ਏਰੀਆ 'ਚ ਰਹਿ ਰਹੇ ਹੋ ਤੇ ਤੁਹਾਨੂੰ ਕਿਸੇ ਵੀ ਕਿਸਮ ਦੀ ਰੀਅਲ ਇਸਟੇਟ ਸਰਵਿਸ ਦੀ ਜ਼ਰੂਰਤ ਹੋਵੇ ਤੁਸੀਂ ਪ੍ਰਾਪਰਟੀ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਦੇਖ ਰਹੇ ਹੋ ਤਾਂ ਨਵ ਪੱਟੀ ਨੂੰ ਕਾਲ ਕਰੋ ਜਿਹੜੇ ਹੋਮ ਲਾਈਫ ਡਾਇਮੰਡਸ ਦੇ ਨਾਲ ਕੰਮ ਕਰਦੇ ਹੈ ਨੰਬਰ ਹੈ 416-543-2078 416-543-2078 ਜੀ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਆਵਾਜ਼ ਇੰਟਰਨੈਸ਼ਨਲ ਜੋ ਕਿ ਪੰਜਾਬ ਰੌਕਸ ਦੇ ਸਹਿਯੋਗ ਦੇ ਨਾਲ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਹੈ ਅਸੀਂ ਸਾਰੇ ਬਿਜ਼ੀ ਨੇ ਕਿਉਂਕਿ ਆਹ ਹਫ਼ਤਾ ਜਿਹੜਾ ਹੁਣ ਆਲਰੇਡੀ ਸੈਚਰਡੇ ਤੋਂ ਸ਼ੁਰੂ ਹੋ ਗਈਆਂ ਨੇ ਕ੍ਰਿਸਮਸ ਦੀਆਂ ਪਾਰਟੀਜ਼ ਸ਼ੁਰੂ ਹੋ ਗਈਆਂ ਨੇ ਹਰ ਕੋਈ ਪਾਰਟੀਜ਼ ਤੇ ਜਾ ਰਿਹਾ ਆ ਸਾਰੇ ਬਿਜ਼ੀ ਆ ਪਾਰਟੀਜ਼ ਦੇ ਵਿੱਚ ਸੋ ਦੋਸਤੋ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਹਿ ਕੇ ਹਟੀ ਤਾਂ ਇਸ ਗੱਲ ਦਾ ਖਿਆਲ ਜ਼ਰੂਰ ਰੱਖੋ ਕਿ ਪਲੀਜ਼ ਜੇ ਤੁਸੀਂ ਡਰਿੰਕ ਕੀਤੀ ਆ ਤਾਂ ਡਰਿੰਕ ਕਰਕੇ ਡਰਾਈਵ ਨਾ ਕਰੋ ਕਿਉਂਕਿ ਸੇਫ ਤੁਹਾਡੇ ਲਈ ਵੀ ਘਰ ਪਹੁੰਚਣਾ ਬਹੁਤ ਜ਼ਰੂਰੀ ਆ ਔਰ ਜਿਹੜੇ ਬਾਕੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਨੇ ਰੋਡ ਨੂੰ ਉਹ ਵੀ ਸਾਰਿਆਂ ਦਾ ਘਰ ਸੇਫ ਪਹੁੰਚਣਾ ਬਹੁਤ ਜ਼ਰੂਰੀ ਆ ਸੋ ਜੇ ਤੁਸੀਂ ਡਰਿੰਕ ਕਰ ਵੀ ਲਈ ਆ ਪਾਰਟੀਜ਼ ਤੇ ਤਾਂ ਉਹਦੇ ਲਈ ਤੁਸੀਂ ਆਪਣਾ ਡੈਜ਼ੀਗਨੇਟਿਡ ਡਰਾਈਵਰ ਜਿਹੜਾ ਆ ਉਹ ਘਰ ਤੋਂ ਬਣਾ ਕੇ ਚੱਲੋ ਜੇ ਨਹੀਂ ਤਾਂ ਪੋਸੀਬਲ ਹੈਗਾ ਤੇ ਫਿਰ ਜਿਹੜੀ ਉਬਰ ਆ ਜਾਂ ਕੋਈ ਵੀ ਟੈਕਸੀ ਸਰਵਿਸਿਜ਼ ਆ ਜਿਹੜੀਆਂ ਉਹਨਾਂ ਦੀਆਂ ਸਰਵਿਸਿਜ਼ ਜ਼ਰੂਰ ਲੈ ਲਓ ਤੇ ਜਿਸ ਤਰ੍ਹਾਂ ਕਿ ਮੈਂ ਕਿਹਾ ਕਿ ਆਪਾਂ ਗੱਲ ਕਰਾਂਗੇ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਕਿਉਂ ਇੰਨੇ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਰਹੇ ਨੇ ਇੰਡੀਆ ਤੋਂ ਬਾਹਰ ਜਾ ਰਹੇ ਨੇ ਸਾਰੀਆਂ ਕੰਟਰੀਜ਼ ਤੋਂ ਆਉਂਦੇ ਨੇ ਪਰ ਅੱਜ ਆਪਾਂ ਸਪੈਸੀਫਿਕਲੀ ਗੱਲ ਕਰਾਂਗੇ ਜਿਹੜੇ ਪੰਜਾਬ ਤੋਂ ਜਾਂ ਇੰਡੀਆ ਤੋਂ ਜਿਹੜੇ ਸਟੂਡੈਂਟਸ ਬਾਹਰ ਆਉਂਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜੇ ਨੇ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਹੀਰਾ ਜੀ ਹੀਰਾ ਸਿੰਘ ਹੰਸਪਾਲ ਜੀ ਜੋ ਕਿ ਉੱਥੇ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਹੈੱਡ ਨੇ ਹੀਰਾ ਜੀ ਵੈਲਕਮ ਟੂ ਦਾ ਸ਼ੋ ਸਤਿ ਸ੍ਰੀ ਅਕਾਲ ਤੁਹਾਡੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਤੇ ਹੀਰੇ ਜੀ ਆਪਾਂ ਗੱਲ ਕਰਾਂਗੇ ਸ਼ੁਰੂ ਹੀ ਆਪਾਂ ਇਹਦੇ ਤੋਂ ਕਰਦੇ ਹੈਗੇ ਕਿਉਂਕਿ ਹੁਣ ਅੱਜ ਕੱਲ ਦੇ ਟਾਈਮ ਦੇ ਵਿਚ ਇਕ ਕਹਿ ਲੋ ਕਿ ਹੋੜ ਜੀ ਲੱਗ ਗਈ ਆ ਇਕ ਫੈਸ਼ਨ ਜਿਹਾ ਹੀ ਬਣ ਗਿਆ ਕਿ ਹਰ ਕੋਈ ਚਾਹੁੰਦਾ ਹੈ ਕਿ ਆਪਣੇ ਬੱਚਿਆਂ ਨੂੰ ਬਾਹਰ ਕਿਤੇ ਭੇਜਿਆ ਜਾਵੇ ਇੰਡੀਆ ਤੋਂ ਬਾਹਰ ਭੇਜਿਆ ਜਾਵੇ ਉਹਨਾਂ ਨੂੰ ਪੜ੍ਹਨੇ ਦੇ ਲਈ ਕਿਉਂ ਲੱਗਦਾ ਹੈ ਤੁਹਾਨੂੰ ਕਿ ਇਹ ਜਿਹੜੀ ਜ਼ਰੂਰਤ ਆ ਇੰਨੀ ਜ਼ਿਆਦਾ ਜਿਹੜੀ ਜ਼ਰੂਰਤ ਆ ਵੱਧ ਗਈ ਕਿ ਪੇਰੈਂਟਸ ਜਿਹੜੇ ਨੇ ਗ੍ਰੇਡ 12 ਕਰਕੇ ਹਜੇ ਸਕੂਲ ਹੀ ਫਿਨਿਸ਼ ਕਰਦੇ ਨੇ ਬੱਚੇ ਤੇ ਉਹਨਾਂ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਆ ਕਿ ਉਹ ਬਾਹਰ ਕਿਸੇ ਹੋਰ ਕੰਟਰੀ ਦੇ ਵਿਚ ਪੜ੍ਹਨ ਲਈ ਚਲੇ ਜਾਣ ਇਹ ਗੱਲ ਅਸਲ ਵਿਚ ਲੋਕਾਂ ਦੇ ਸ਼ੌਂਕ ਨਾਲ ਸੰਬੰਧਿਤ ਨਹੀਂ ਰਹੀ ਜੀ ਇਹ ਅਸਲ ਵਿਚ ਭਾਰਤ ਵਿਚ ਲੋਕਾਂ ਦੀ ਮਜਬੂਰੀ ਬਣ ਗਈ ਆ ਔਰ ਸਪੈਸ਼ਲੀ ਪੰਜਾਬ ਵਿਚ ਲੋਕਾਂ ਦੀ ਜਿਹੜੀ ਆ ਇਹ ਮਜਬੂਰੀ ਹੈ
ਕੋਈ ਵੀ ਆਪਣੇ ਛੋਟੇ ਜਾਂ ਵੱਡੇ ਬੱਚਿਆਂ ਨੂੰ ਆਪਣੇ ਤੋਂ ਨਖੇੜ ਕੇ ਖੁਸ਼ ਨਹੀਂ ਹੁੰਦਾ। ਪਰ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਏ ਕਿ ਇੱਥੇ ਕੋਈ ਰੁਜ਼ਗਾਰ ਨਹੀਂ ਰਹੇ, ਰੁਜ਼ਗਾਰ ਦੇ ਵੱਡੇ ਮੌਕੇ ਨਹੀਂ ਪੈਦਾ ਹੋ ਰਹੇ, ਔਰ ਜਿਹੜੀ ਪੜ੍ਹਾਈ ਹੈ ਉਹ ਕਿੱਤਾ ਮੁਖੀ ਨਹੀਂ ਰਹੀ, ਉਹ ਕੋਈ ਪ੍ਰੋਫੈਸ਼ਨਲ ਪੜ੍ਹਾਈ ਨਹੀਂ ਇੱਥੇ ਹੋ ਰਹੀ, ਔਰ ਇਸ ਕਰਕੇ ਹੀ ਕਿ ਲੋਕ ਜਿਹੜੇ ਆ ਰੋਜ਼ੀ ਰੋਟੀ ਦੀ ਆਪਣੀ ਚੰਗੀ ਜੀਵਨ ਜਾਂਚ ਲਈ ਚੰਗੇ ਤਰੀਕੇ ਨਾਲ ਰਹਿਣ ਲਈ ਤਾਂ ਕਿ ਉਹਨਾਂ ਦੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਆ ਆਉਣ ਵਾਲੀ ਉਹ ਖੁਸ਼ਹਾਲ ਹੋਵੇ, ਇਸ ਲਈ ਆਪਣੇ ਬੱਚਿਆਂ ਨੂੰ ਇੱਥੋਂ ਬਾਹਰ ਭੇਜ ਰਹੇ ਨੇ। ਕੋਈ ਸ਼ੌਕੀਆ ਤੌਰ ਦੇ ਉੱਤੇ ਇੰਨੇ ਵੱਡੇ ਪੈਸੇ ਖਰਚ ਕਰਕੇ ਆਪਣੇ ਬੱਚਿਆਂ ਨੂੰ ਪੰਜਾਬ ਜਾਂ ਭਾਰਤ ਤੋਂ ਬਾਹਰ ਨਹੀਂ ਭੇਜ ਰਹੇ। ਜੀ ਸੋ ਮੇ ਜੇ ਤੁਹਾਨੂੰ ਇਹੀ ਲੱਗਦਾ ਹੈ ਬਿਕੋਜ਼ ਉੱਥੇ ਕੋਈ ਵੀ ਹੁਣ ਅੱਗੇ ਜੋਬਸ ਦੇ ਜਿਹੜੇ ਆ ਸੋਰਸਿਸ ਉਹ ਨਹੀਂ ਰਹੇ ਹੈਗੇ, ਇਸ ਕਰਕੇ ਉਹਨਾਂ ਨੂੰ ਬਾਹਰ ਭੇਜਣਾ ਪੈ ਰਿਹਾ ਕਿਉਂਕਿ ਉਹ ਸੋਚਦੇ ਆ ਕਿ ਬੈਟਰ ਅਪਰਚੁਨਿਟੀਜ਼ ਆ। ਔਰ ਇਹ ਵੀ ਇੱਕ ਵੱਡਾ ਕਾਰਨ ਇਹ ਹੈ ਕਿ ਜਿਹੜੀ ਇੱਥੇ ਪ੍ਰੋਫੈਸ਼ਨਲ ਐਜੂਕੇਸ਼ਨ ਹੈ ਜਿਹੜੀ ਸਪੈਸ਼ਲੀ ਪੰਜਾਬ ਵਿੱਚ ਜਿਹੜੀ ਕਿੱਤਾ ਜਿਹੜੀ ਕਿੱਤਾ ਨਾਲ ਸੰਬੰਧਿਤ ਜਿਹੜੀ ਕੰਮ ਨਾਲ ਸੰਬੰਧਿਤ ਐਜੂਕੇਸ਼ਨ ਆ ਉਹ ਇੰਨੀ ਜ਼ਿਆਦਾ ਮਹਿੰਗੀ ਹੋ ਗਈ ਹੈ, ਔਰ ਲੋਕ ਸੋਚਦੇ ਆ ਕਿ ਜੇ ਇੰਨੀ ਮਹਿੰਗੀ ਐਜੂਕੇਸ਼ਨ ਲੈ ਕੇ ਵੀ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਣਾ, ਉਹਨਾਂ ਨੂੰ ਚੰਗੀਆਂ ਜੀਵਨ ਸਹੂਲਤਾਂ ਨਹੀਂ ਮਿਲਣੀਆਂ, ਫਿਰ ਲੋਕ ਇਹੀ ਸੋਚਦੇ ਆ ਕਿ ਥੋੜਾ ਜਿਹਾ ਹੋਰ ਪੇਰੈਂਟਸ ਤੰਗ ਹੋ ਲੈਣ ਜਾਂ ਕਿਸੇ ਤਰੀਕੇ ਵੀ ਜੇ ਉਹਨਾਂ ਕੋਲ ਕੋਈ ਸਾਧਨ ਨਹੀਂ ਹੈਗੇ ਤਾਂ ਉਹ ਬੈਂਕ ਲੋਨ ਲੈ ਕੇ ਜਾਂ ਆਪਣੀਆਂ ਜ਼ਮੀਨਾਂ ਜਾਂ ਆਪਣੀਆਂ ਪ੍ਰਾਪਰਟੀਜ਼ ਗਹਿਣੇ ਰੱਖ ਕੇ ਵੀ ਆਪਣੇ ਬੱਚਿਆਂ ਨੂੰ ਭੇਜ ਰਹੇ ਨੇ। ਇਹਦੇ ਪਿੱਛੇ ਜਿਹੜੀ ਮੁੱਖ ਮਾਨਸਿਕਤਾ ਵਾ ਉਹ ਹੈਗੀ ਆ ਚੰਗੀ ਜੀਵਨ ਜਾਂਚ ਲਈ ਲੋਕ ਇੱਥੋਂ ਬਾਹਰ ਜਾ ਰਹੇ ਨੇ। ਇੱਥੇ ਇੰਨੀ ਕੁ ਜ਼ਿਆਦਾ ਬੇਰੁਜ਼ਗਾਰੀ ਹੋ ਗਈ ਆ, ਪਿਛਲੇ 15 ਸਾਲ ਤੋਂ ਪੰਜਾਬ ਵਿੱਚ ਕੋਈ ਵੱਡੇ ਲੈਵਲ ਤੇ ਪੋਸਟਾਂ ਨਹੀਂ ਨਿਕਲੀਆਂ, ਕੋਈ ਸਰਕਾਰੀ ਨੌਕਰੀਆਂ ਨਹੀਂ ਨਿਕਲੀਆਂ, ਔਰ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਇੱਥੇ ਕੋਈ ਵੱਡੀ ਇੰਡਸਟਰੀ ਜਾਂ ਆਈਟੀ ਦੀਆਂ ਕੰਪਨੀਆਂ ਜਾਂ ਇਸ ਤਰ੍ਹਾਂ ਦਾ ਕੋਈ ਵੀ ਇਨਫਰਾਸਟ੍ਰਕਚਰ ਪੈਦਾ ਨਹੀਂ ਹੋਇਆ ਕਿ ਲੋਕ ਜਿਹੜੇ ਆ ਉਹਨਾਂ ਨੂੰ ਇੱਥੇ ਰੁਜ਼ਗਾਰ ਮਿਲ ਸਕੇ। ਔਰ ਜਿਹੜੀ ਗੱਲ ਹੁੰਦੀ ਆ ਸੈਲਫ ਜਿਹੜੀ ਸਵੈ ਰੁਜ਼ਗਾਰ ਜਿਹਨੂੰ ਕਿਹਾ ਜਾਂਦਾ ਹੈ, ਜਿਹੜਾ ਆਪਣੇ ਤੌਰ ਦੇ ਉੱਤੇ ਰੁਜ਼ਗਾਰ ਪੈਦਾ ਕਰਨ ਦੇ ਵੀ ਸਾਧਨ ਪੰਜਾਬ ਵਿੱਚ ਬਿਲਕੁਲ ਸੀਮਿਤ ਹੋ ਗਏ ਨੇ, ਇੱਥੇ ਕੋਈ ਇੰਡਸਟਰੀ ਪ੍ਰਫੁੱਲਤ ਨਹੀਂ ਹੁੰਦੀ ਲਾ ਕੇ, ਔਰ ਇੰਨਾ ਕੁ ਜ਼ਿਆਦਾ ਜਿਹੜਾ ਰਾਜਨੀਤਿਕ ਤੌਰ ਦੇ ਉੱਤੇ ਇੰਨੀ ਕੁ ਜ਼ਿਆਦਾ ਖਲਬਲੀ ਮੱਚੀ ਹੋਈ ਆ ਪੰਜਾਬ ਦੇ ਵਿੱਚ, ਜਿਹੜੀਆਂ ਇੱਥੋਂ ਦੀਆਂ ਪ੍ਰਮੁੱਖ ਸਿਆਸੀ ਜਮਾਤਾਂ ਨੇ ਪੰਜਾਬ ਦੀਆਂ, ਉਹਨਾਂ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਹੀ ਨਹੀਂ ਰਿਹਾ ਕਿ ਪੰਜਾਬੀਆਂ ਲਈ ਕੋਈ ਰੁਜ਼ਗਾਰ ਦੇ ਮੌਕੇ ਚਾਹੇ ਪ੍ਰਾਈਵੇਟ ਪੱਧਰ ਤੇ ਚਾਹੇ ਕੋਈ ਆਪਣੀ ਇੰਡਸਟਰੀ ਲਾ ਕੇ ਜਾਂ ਗੌਰਮੈਂਟ ਲੈਵਲ ਤੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕੀਤਾ ਜਾ ਸਕੇ। ਉਹੋ ਹੀ ਇੱਕ ਬੇਸਿਕ ਤੇ ਮੁੱਢਲਾ ਜਿਹੜਾ ਮੁੱਢਲਾ ਕਾਰਨ ਉਹ ਇਹੀ ਹੈ ਕਿ ਲੋਕਾਂ ਕੋਲ ਇੱਥੇ ਰੁਜ਼ਗਾਰ ਦੇ ਜ਼ਿਆਦਾ ਮੌਕੇ ਨਹੀਂ ਹੈਗੇ, ਜਿਸ ਕਰਕੇ ਲੋਕ ਜਿਹੜੇ ਆ ਉਹ ਬਾਹਰ ਨੂੰ ਮੂੰਹ ਕਰ ਰਹੇ ਆ, ਔਰ ਸਪੈਸ਼ਲੀ ਪੰਜਾਬੀ ਤੇ ਫਿਰ ਚੰਗੇ ਰੁਜ਼ਗਾਰ ਲਈ ਚੰਗੀ ਜੀਵਨ ਜਾਂਚ ਲਈ ਕਿਤੇ ਵੀ ਜਾ ਸਕਦੇ। ਜੀ ਠੀਕ, ਪਰ ਇੱਕ ਗੱਲ ਤੁਸੀਂ ਵੀ ਨੋਟਿਸ ਕਿਉਂਕਿ ਤੁਸੀਂ ਪੰਜਾਬ ਚ ਰਹਿੰਦੇ ਹੋ ਤੇ ਤੁਸੀਂ ਵੀ ਨੋਟਿਸ ਕੀਤੀ ਹੋਣੀ ਆ ਕਿ ਰੀਸੈਂਟਲੀ ਪਿਛਲੇ ਆਪਾਂ 10-15 ਸਾਲਾਂ ਦੀ ਜੇ ਗੱਲ ਕਰਦੇ ਹੈਗੇ ਤੇ ਬਹੁਤ ਸਾਰੀਆਂ ਜਿਹੜੀਆਂ ਇੰਸਟੀਚਿਊਟਸ ਆ ਪ੍ਰਾਈਵੇਟ ਇੰਸਟੀਚਿਊਟ ਜਿਹੜੀਆਂ ਉਹ ਆ ਗਈਆਂ ਤੇ ਉਹਦੇ ਨਾਲ ਜਿਹੜੀਆਂ ਗਵਰਨਮੈਂਟ ਸੀਗੀਆਂ ਜਿਹੜੀਆਂ ਇੰਸਟੀਚਿਊਟ ਸੀਗੀਆਂ ਯੂਨੀਵਰਸਿਟੀਆਂ ਸੀ ਕਾਲਜ ਸੀਗੇ ਜਿਹੜੇ ਗਵਰਨਮੈਂਟ ਵੱਲੋਂ ਚਲਾਏ ਜਾਂਦੇ ਸੀ ਉਹਨਾਂ ਦਾ ਪੱਧਰ ਜਿਹੜਾ ਅੱਗੇ ਤੋਂ ਅੱਗੇ ਡਿੱਗਦਾ ਚਲਾ ਗਿਆ। ਇੱਥੇ ਤੱਕ ਵੀ ਨੌਬਤ ਆ ਗਈ ਕਿਉਂਕਿ ਮੇਰੇ ਇੱਕ ਪਹਿਚਾਣ ਵਾਲੇ ਨੇ ਉਹ ਫਿਰੋਜ਼ਪੁਰ ਦੇ ਵਿੱਚ ਉਹਨਾਂ ਦੀ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਉਹ ਕੰਮ ਕਰਦੇ ਨੇ ਤੇ ਉਹ ਦੱਸ ਰਹੇ ਨੇ ਕਿ ਉਹਨਾਂ ਨੂੰ ਵੀ ਨੋਟਿਸ ਦੇ ਦਿੱਤਾ ਗਿਆ ਹੈਗਾ ਕਿ ਉਹਨਾਂ ਦੇ ਕਾਲਜ ਦੇ ਕੋਲ ਜਿਹੜੇ ਫੰਡਸ ਆ ਉਹ ਸਿਰਫ ਅਗਲੀਆਂ 2-3 ਮਹੀਨੇ ਦੀਆਂ ਤਨਖਾਹਾਂ ਦੇ ਨੇ ਕਿਉਂਕਿ ਸਟੂਡੈਂਟਸ ਹੀ ਨਹੀਂ ਹੈਗੇ ਤੇ ਇੱਦਾਂ ਲੱਗਦਾ ਕਿ ਕਿਤੇ ਕਿ ਸਾਰੇ ਇਹ ਰੀਜ਼ਨ ਵੀ ਹੋ ਸਕਦਾ ਕਿ ਜਦੋਂ ਬਹੁਤ ਸਾਰੀਆਂ ਪ੍ਰਾਈਵੇਟ ਆ ਗਈਆਂ ਤੇ ਫਿਰ ਥੋੜਾ ਜਿਹਾ ਐਜੂਕੇਸ਼ਨ ਦਾ ਮਿਆਰ ਵੀ ਡਿੱਗ ਪਿਆ। ਤੁਸੀਂ ਦੇਖੋ ਜੀ ਸਰਕਾਰਾਂ ਦਾ ਦੋ ਮੁੱਖ ਮਕਸਦ ਹੁੰਦੇ ਆ, ਇੱਕ ਮਕਸਦ ਹੁੰਦਾ ਕਿ ਲੋਕਾਂ ਨੂੰ ਚੰਗੀ ਸਿਹਤ ਤੇ ਚੰਗਾ ਖਾਣ ਪਾਣ ਪ੍ਰਦਾਨ ਹੋਵੇ, ਦੂਸਰਾ ਸਰਕਾਰਾਂ ਦਾ ਇੱਕ ਡਿਊਟੀ ਬਣਦੀ ਹੈ ਕਿ ਲੋਕਾਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਸਕੇ। ਪੰਜਾਬ ਦੇ ਵਿੱਚ ਮੈਂ ਸਪੈਸ਼ਲੀ ਤੌਰ ਤੇ ਕਹਿਣਾ ਚਾਹੁੰਦਾ ਕੋਈ ਵੀ ਰਾਜਨੀਤਿਕ ਪਾਰਟੀ ਹੋਏ ਉਹਨਾਂ ਸਾਰੀਆਂ ਦਾ ਇਹਨਾਂ ਦੋ ਮੁੱਦਿਆਂ ਦੇ ਉੱਤੇ ਕੋਈ ਏਜੰਡਾ ਹੀ ਹੈ ਨਹੀਂ ਕਿ ਲੋਕਾਂ ਨੂੰ ਚੰਗੀ ਸਿਹਤ ਤੇ ਚੰਗਾ ਰਹਿਣ ਸਹਿਣ ਪ੍ਰਦਾਨ ਕੀਤਾ ਜਾਵੇ
ਜਾਂ ਲੋਕਾਂ ਨੂੰ ਚੰਗੀ ਐਜੂਕੇਸ਼ਨ ਪ੍ਰਦਾਨ ਕੀਤੀ ਜਾਵੇ। ਤੁਸੀਂ ਬੜਾ ਹੀ ਵਾਜਬ ਸਵਾਲ ਉਠਾਇਆ ਕਿ ਜਦੋਂ ਵੀ ਅਸੀਂ ਪਹਿਲਾਂ ਪੜ੍ਹਦੇ ਸੀ, ਜਦੋਂ ਮੈਂ ਪੜ੍ਹਦਾ ਸੀ ਜਾਂ ਉਸ ਜ਼ਮਾਨੇ ਦੇ ਵਿੱਚ ਲੋਕ ਗੌਰਮੈਂਟ ਕਾਲਜ ਜਾਂ ਗੌਰਮੈਂਟ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਨੂੰ ਤਰਜੀਹ ਦਿੰਦੇ ਸੀ ਔਰ ਬਹੁਤ ਹੀ ਥੋੜੇ ਦੇ ਪ੍ਰਾਈਵੇਟ ਆਰਗੇਨਾਈਜੇਸ਼ਨ ਦੇ ਕਾਲਜ ਹੁੰਦੇ ਸੀ, ਉਹ ਵੀ ਜਿਹੜੇ ਆ ਉਹਨਾਂ ਨੇ ਲੋਕਾਂ ਦੀ ਸੇਵਾ ਲਈ ਬਹੁਤ ਉੱਚੇ ਪੱਧਰ ਦੇ ਕਾਲਜ ਖੋਲੇ ਹੋਏ ਸੀ ਔਰ ਯੂਨੀਵਰਸਿਟੀਜ਼ ਦੇ ਨਾਲ ਅਫੀਲੀਏਟਡ ਹੁੰਦੇ ਸੀ। ਸਰਕਾਰ ਧੜਾ ਧੜ ਪ੍ਰਾਈਵੇਟ ਯੂਨੀਵਰਸਿਟੀਜ਼ ਨੂੰ ਮਾਨਤਾ ਦੇ ਰਹੀ ਹੈ ਜਿੱਥੇ ਸਿਰਫ ਤੇ ਸਿਰਫ ਵੇਖੋ ਉਹਨਾਂ ਨੇ ਐਜੂਕੇਸ਼ਨ ਨੂੰ ਜਿਹੜਾ ਹੈ ਆਪਣੇ ਮੁਨਾਫੇ ਦਾ ਧੰਦਾ ਬਣਾਇਆ ਹੈ। ਉਹਨਾਂ ਨੇ ਪ੍ਰਾਈਵੇਟ ਨੇ ਤੇ ਆਪਣਾ ਸਭ ਤੋਂ ਪਹਿਲਾਂ ਮੁਨਾਫਾ ਕੱਢਣਾ ਹੈ, ਉਹਨਾਂ ਨੂੰ ਸਿੱਖਿਆ ਦੇ ਮਿਆਰ ਨਾਲ ਕੋਈ ਸਰੋਕਾਰ ਨਹੀਂ ਹੈਗਾ ਔਰ ਜਦੋਂ ਸਿੱਖਿਆ ਦਾ ਵਪਾਰੀਕਰਨ ਹੋ ਜਾਏ ਫਿਰ ਉਹਦੇ ਵਿੱਚੋਂ ਚੰਗੇ ਸਟੂਡੈਂਟਸ ਦੇ ਨਿਕਲਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਉਹਨਾਂ ਦੀ ਤਾਂ ਇੱਕੋ ਹੀ ਮਨਸ਼ਾ ਹੁੰਦੀ ਹੈ ਕਿ ਉਹ ਸਟੂਡੈਂਟ ਆਵੇ ਜਿਹੜਾ ਵੱਧ ਤੋਂ ਵੱਧ ਫੀਸਾਂ ਦੇ ਸਕਦਾ ਹੈ ਔਰ ਉਹਨਾਂ ਨੂੰ ਸਿੱਖਿਆ ਦੇ ਮਿਆਰ ਨਾਲ ਵੀ ਕੋਈ ਨੀ, ਉਹ ਸਾਰੇ ਟੀਚਰ ਨੂੰ ਬਹੁਤ ਘੱਟ ਤਨਖਾਹਾਂ ਤੇ ਰੱਖਦੇ ਨੇ, ਬਹੁਤ ਘੱਟ ਪੈਸੇ ਦਿੰਦੇ ਨੇ ਔਰ ਜਦੋਂ ਟੀਚਰ ਹੀ ਵਧੀਆ ਨਹੀਂ ਹੋਏਗਾ ਤੇ ਸਟੂਡੈਂਟ ਵਧੀਆ ਕਿੱਥੋਂ ਨਿਕਲਣਾ ਹੈ। ਜਿਹੜਾ ਪ੍ਰਾਈਵੇਟ ਯੂਨੀਵਰਸਿਟੀ ਦਾ ਬਹੁਤ ਵੱਡੇ ਲੈਵਲ ਤੇ ਪੈਦਾ ਹੋਣਾ ਪੰਜਾਬ ਵਿੱਚ ਪ੍ਰਾਈਵੇਟ ਇੰਸਟੀਟਿਊਸ਼ਨ ਦਾ ਆਉਣਾ ਉਹ ਸਿੱਖਿਆ ਦੇ ਮਿਆਰ ਨੂੰ ਕੋਈ ਉੱਚਾ ਚੁੱਕਣ ਚ ਸਹਾਈ ਨਹੀਂ ਹੋਇਆ, ਉਹਦੇ ਨਾਲ ਸਿੱਖਿਆ ਦਾ ਮਿਆਰ ਬਹੁਤ ਵੱਡੇ ਪੱਧਰ ਤੇ ਡਿੱਗ ਰਿਹਾ ਹੈ ਔਰ ਡਿੱਗਣ ਦਾ ਹੀ ਕਾਰਨ ਹੈ ਜਦੋਂ ਐਜੂਕੇਸ਼ਨ ਅੱਛੀ ਨਹੀਂ ਹੋਏਗੀ ਫਿਰ ਉਹ ਕਿੱਤਾ ਮੁਖੀ ਨਹੀਂ ਹੋਏਗੀ, ਉਹਦੇ ਵਿੱਚ ਰੁਜ਼ਗਾਰ ਦੇ ਸਾਧਨ ਨਹੀਂ ਹੋਣਗੇ। ਉਹ ਜਿਹੜੀਆਂ ਡਿਗਰੀਆਂ ਨੇ ਉਹ ਕੇਵਲ ਤੇ ਕੇਵਲ ਮੈਟਰੀਮੋਨੀਅਲ ਸਟੇਟਸ ਦੀ ਤਾਂ ਬਹੁਤ ਵਧੀਆ ਨੇ, ਬੱਚਾ ਜਾਂ ਬੱਚੀ ਇੰਨਾ ਪੜ੍ਹੀ ਹੈ ਪਰ ਉਹ ਕਿੱਤਾ ਮੁਖੀ ਨਹੀਂ ਹਨ ਔਰ ਸਰਕਾਰਾਂ ਜਿਹੜੀਆਂ ਨੇ ਐਜੂਕੇਸ਼ਨ ਤੋਂ ਤੇ ਹੈਲਥ ਵਿੱਚੋਂ ਸਭ ਤੋਂ ਵੱਧ ਜਿਹੜਾ ਹੈ ਇਸ ਦੇ ਨਿਗਾਰ ਵਿੱਚ ਜ਼ਿੰਮੇਵਾਰ ਨੇ ਕਿਉਂਕਿ ਸਰਕਾਰਾਂ ਜਿਹੜੀਆਂ ਇਹਦੇ ਲਈ ਕੋਈ ਬਜਟ ਦੇ ਵਿੱਚ ਪ੍ਰੋਵੀਜ਼ਨ ਹੀ ਨਹੀਂ ਕਰ ਰਹੀਆਂ। ਗੌਰਮੈਂਟ ਕਾਲਜਾਂ ਦੇ ਵਿੱਚ, ਗੌਰਮੈਂਟ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ। ਜਦੋਂ ਕੋਈ ਚੰਗਾ ਅਧਿਆਪਕ ਜਾਂ ਚੰਗੇ ਲੋਕ ਉੱਥੋਂ ਰਿਟਾਇਰ ਹੋ ਰਹੇ ਨੇ ਜਿਹੜੇ ਬਹੁਤ ਐਕਸਪੀਰੀਅੰਸ ਸੀਗੇ, ਉਹਨਾਂ ਦੇ ਥਾਂ ਤੇ ਨਵੇਂ ਜਿਹੜੇ ਅਬਲ ਤੇ ਅਧਿਆਪਕ ਰੱਖੇ ਨਹੀਂ ਜਾਂਦੇ, ਜੇ ਰੱਖ ਲਏ ਜਾਂਦੇ ਨੇ ਤੇ ਉਹਨਾਂ ਸਾਰਿਆਂ ਨੂੰ ਫਿਕਸ ਸੈਲਰੀ ਦੇ ਉੱਤੇ ਠੇਕੇ ਦੇ ਉੱਤੇ 10 ਮਹੀਨੇ ਲਈ ਜਾਂ 11 ਮਹੀਨੇ ਲਈ ਰੱਖਿਆ ਜਾਂਦਾ ਹੈ, ਫਿਰ ਉਹਨਾਂ ਨੂੰ ਇੱਥੋਂ ਰਿਲੀਵ ਕਰ ਦਿੱਤਾ ਜਾਂ ਸਾਰਿਆਂ ਨੂੰ ਕੰਟਰੈਕਟ ਬੇਸ ਤੇ ਰੱਖਿਆ ਜਾਂਦਾ ਹੈ ਔਰ ਜਦੋਂ ਟੀਚਰ ਦੀ ਆਪਣੀ ਜਿਹੜੀ ਜੌਬ ਆ ਆਪਣੀ ਨੌਕਰੀ ਸੁਰੱਖਿਅਤ ਨਹੀਂ ਹੋਏਗੀ, ਤੁਸੀਂ ਸੋਚੋ ਕਿ ਉਹਦਾ ਪੜ੍ਹਾਉਣ ਵਿੱਚ ਕਿੰਨਾ ਕੁ ਧਿਆਨ ਲੱਗੇਗਾ। ਇਸ ਕਰਕੇ ਇਹ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਪ੍ਰਾਈਵੇਟ ਇੰਸਟੀਟਿਊਸ਼ਨ ਨੇ ਇਹ ਐਜੂਕੇਸ਼ਨ ਦੇ ਲੈਵਲ ਨੂੰ ਥੱਲੇ ਲਿਆਉਣ ਵਿੱਚ ਬਹੁਤ ਜ਼ਿਆਦਾ ਸਹਾਇਕ ਸਿੱਧ ਹੋ ਰਹੇ ਨੇ ਔਰ ਇਹ ਕਿ ਐਜੂਕੇਸ਼ਨ ਦੇ ਮਿਆਰ ਨੂੰ ਚੁੱਕਣ ਵਿੱਚ ਆਪਣਾ ਕੋਈ ਵੀ ਯੋਗਦਾਨ ਨਹੀਂ ਪਾ ਰਹੇ ਜੀ। ਔਰ ਹੀਰਾ ਸਿੰਘ ਹੰਸਪਾਲ ਜੀ, ਕਿਉਂਕਿ ਦੇਖੋ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਬਾਹਰ ਵੀ ਆਉਂਦੇ ਹੈਗੇ ਆ, ਮੈਨੂੰ ਬਾਕੀ ਕੰਟਰੀਜ਼ ਦਾ ਤਾਂ ਨਹੀਂ ਪਤਾ, ਬਟ ਆਈ ਨੋ ਐਵਰੀਥਿੰਗ ਅਬਾਊਟ ਦੀ ਜਿਹੜੀ ਆ ਕੈਨੇਡਾ ਦੇ ਬਾਰੇ ਆਪਾਂ ਗੱਲ ਕਰਦੇ ਹੈਗੇ ਆ, ਜਦੋਂ ਉਹ ਇੱਥੇ ਆਉਂਦੇ ਨੇ ਉਹਨਾਂ ਦਾ ਮਕਸਦ ਤਾਂ ਇਹੀ ਹੁੰਦਾ ਨਾ ਕਿ ਉਹਨਾਂ ਨੇ ਇੱਥੇ ਪੜ੍ਹਾਈ ਲਈ ਆਉਣਾ, ਆਪਣੀ ਡਿਗਰੀ ਲੈਣ ਲਈ ਆਉਣਾ ਤੇ ਫਿਰ ਉਹਨਾਂ ਨੇ ਵਾਪਸ ਆਪਣੀ ਕੰਟਰੀ ਚ ਜਾ ਕੇ ਉਹਨਾਂ ਨੇ ਜੌਬ ਕਰਨੀ ਆ। ਆਣੇ ਦਾ ਪਰਪਸ ਤਾਂ ਇਹੀ ਇਸੇ ਲਈ ਬਣਿਆ ਕਿਉਂਕਿ ਇਸੇ ਲਈ ਆਇਆ ਕਿ ਇੱਥੇ ਦੀਆਂ ਯੂਨੀਵਰਸਿਟੀਜ਼ ਵੀ ਜਿਹੜੀਆਂ ਉਹ ਵੀ ਬਹੁਤ ਕਮਾਉਂਦੀਆਂ ਨੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਨੇ ਉਹਨਾਂ ਤੋਂ। ਸੋ ਇਸ ਕਰਕੇ ਇੱਥੇ ਦੀਆਂ ਗਵਰਨਮੈਂਟਸ ਨੇ ਬਾਕੀਆਂ ਨੂੰ ਫੈਸਿਲੀਟੇਟ ਕਰਨ ਦੇ ਲਈ ਇਹਨਾਂ ਨੂੰ ਵੈਲਕਮ ਕਰ ਲਿਆ। ਪਰ ਜੇ ਹੁਣ ਤੁਸੀਂ ਜਿੱਦਾਂ ਤੁਸੀਂ ਦੱਸਦੇ ਹੋ ਕਿ ਜੇ ਪਿੱਛੇ ਜਾ ਕੇ ਕੋਈ ਜੌਬਸ ਦਾ ਰਿਸੋਰਸ ਹੀ ਨਹੀਂ ਹੈਗਾ, ਕੋਈ ਜੌਬਸ ਹੀ ਨਹੀਂ ਹੈਗੀਆਂ, ਤੇ ਫਿਰ ਉਹ ਪਿੱਛੇ ਜਾ ਕੇ ਵੀਕ ਹਨ, ਇਸੇ ਕਰਕੇ ਉਹ ਫਿਰ ਇੱਥੇ ਹੀ ਟਰਾਈ ਕਰਦੇ ਨੇ ਕਿ ਸਮਹਾਓ ਇੱਥੇ ਹੀ ਸੈਟਲ ਹੋ ਜਾਣ, ਚਾਹੇ ਉਹਨਾਂ ਨੂੰ ਕਿਤੇ ਜੌਬ ਮਿਲ ਜਾਏ ਜਾਂ ਮੈਟਰੀਮੋਨੀਅਲ ਸਦਕੇ ਕਿਸੇ ਤਰੀਕੇ ਵੀ ਉਹ ਇੱਥੇ ਸੈਟਲ ਹੋ ਜਾਣ। ਤੇ ਗੱਲ ਫਿਰ ਹਾਂਜੀ ਗੋ ਅਹੈਡ। ਦੇਖੋ ਜੀ, ਪਿੱਛਾ ਤਾਂ ਕੋਈ ਵੀ ਪਦ ਮੁੜਦਾ ਏ, ਜਿੱਥੋਂ ਉਹ ਤੁਰਿਆ ਏ ਜੇ ਉੱਥੇ ਉਹਨੂੰ ਇੱਥੋਂ ਸਿੱਖਿਆ ਪ੍ਰਾਪਤ ਕਰਕੇ ਚੰਗੀ ਨੌਕਰੀ ਚੰਗੇ ਰੋਜੀ ਰੋਟੀ ਦੇ ਸਾਧਨ ਮਿਲਣ, ਜੇ ਉਹਨੂੰ ਚੰਗੇ ਰੋਜੀ ਰੋਟੀ ਦੇ ਸਾਧਨ ਚੰਗਾ ਮਾਹੌਲ ਚੰਗੀ ਹੈਲਥ ਸੇਵਾਵਾਂ ਨਹੀਂ ਮਿਲਣੀਆਂ ਤੇ ਉਹ ਵਾਪਸ ਕਿਉਂ ਜਾਏਗਾ। ਇਹ ਤੇ ਪਸ਼ੂ ਪੰਛੀਆਂ ਤੋਂ ਲੈ ਕੇ ਮਨੁੱਖ ਤੱਕ ਹਰ ਇੱਕ ਤੇ ਹੀ ਟੁੱਕਦਾ ਏ ਕਿ ਉਹ ਪਿੱਛਾ ਨੂੰ ਤਦ ਮੁੜਦਾ ਏ ਜੇ ਉੱਥੇ ਉਹਨੂੰ ਚੰਗਾ ਜੀਵਨ ਮਿਲੇਗਾ। ਜੇ ਉਹਨੂੰ ਉੱਥੇ ਚੰਗਾ ਜੀਵਨ ਨਹੀਂ ਮਿਲਣਾ ਤੇ ਉਹ ਵਾਪਸ ਕਿਉਂ ਆਏਗਾ। ਇਸ ਕਰਕੇ ਉਹ ਕੋਈ ਵੀ ਤਰੀਕਾ ਵਰਤ ਕੇ ਕੋਈ ਵੀ ਢੰਗ ਲੱਭ ਕੇ ਜਿੱਥੇ ਉਹਨੂੰ ਚੰਗਾ ਜੀਵਨ
ਚੰਗੀ ਸਿਹਤ ਸੇਵਾਵਾਂ ਤੇ ਚੰਗਾ ਰੁਜ਼ਗਾਰ ਮਿਲੇਗਾ ਉੱਥੇ ਰਹਿਣ ਦਾ ਯਤਨ ਕਰੇਗਾ। ਜੀ ਬਿਲਕੁਲ, ਤੇ ਗੱਲ ਫਿਰ ਉੱਥੇ ਇਹੀ ਆ ਜਾਂਦੀ ਹੈਗੀ ਆ ਕਿ ਕਿਉਂਕਿ ਸਾਰਾ ਯੂਥ ਜਿਹੜਾ ਆ ਦੇਖੋ ਉਹ ਬਾਹਰ ਨਿਕਲ ਰਿਹਾ, ਸਟੂਡੈਂਟਸ ਜਿਹੜੇ ਸਾਰੇ ਯੂਥ ਹੈਗੇ ਆ ਉਹ ਸਾਰੇ ਬਾਹਰ ਨਿਕਲ ਰਹੇ ਆ, ਪੰਜਾਬ ਤੋਂ ਬਾਹਰ ਨਿਕਲ ਰਹੇ ਆ, ਤੇ ਫਿਰ ਅੱਗੇ ਤੁਸੀਂ ਨੀਅਰ ਫਿਊਚਰ ਦੇ ਵਿਚ ਫਿਰ ਜਿਹੜਾ ਪੰਜਾਬ ਆ ਫਿਰ ਉਹਨੂੰ ਸੰਭਾਲੂਗਾ ਕੌਣ? ਦੇਖੋ ਜੀ, ਪੰਜਾਬ ਦੀਆਂ ਜਿਹੜੀਆਂ ਹੁੰਦੀਆਂ ਸਮਾਜੀ ਜਮਾਤਾਂ ਪੰਜਾਬ ਦੇ ਵਿਚ ਜਾਂ ਜਿਹੜੀਆਂ ਸੋਸ਼ਲ ਜਮਾਤਾਂ ਨੇ ਉਹਨਾਂ ਨੂੰ ਇਸ ਗੱਲ ਦੀ ਪੰਜਾਬ ਬਾਰੇ ਕੋਈ ਚਿੰਤਾ ਹੀ ਨਹੀਂ ਹੈਗੀ। ਵੈਸੇ ਤੇ ਸਾਰਾ ਹਿੰਦੁਸਤਾਨ ਦਾ ਜਿਹੜਾ ਰਾਜਨੀਤਿਕ ਸੈਟਅਪ ਹੈ ਇਸ ਵੇਲੇ ਉਹਨੂੰ ਦੇਸ਼ ਬਾਰੇ ਕੋਈ ਚਿੰਤਾ ਨਹੀਂ ਹੈਗੀ, ਉਹਨਾਂ ਨੂੰ ਆਪਣੀ ਰਾਜਨੀਤੀ ਚਮਕਾਉਣ ਲੈ ਰਿਹਾ। ਪਰ ਸਪੈਸ਼ਲੀ ਪੰਜਾਬ ਦੇ ਵਿਚੋਂ ਇਕ ਐਵਰੇਜ ਦਾ ਅੰਕੜਾ ਏ ਕਿ 24 to 25,000 ਵਿਦਿਆਰਥੀ ਹਰ ਸਾਲ ਵਿਦੇਸ਼ਾਂ ਵਿਚ ਐਜੂਕੇਸ਼ਨ ਲੈਣ ਲਈ ਜਾ ਰਹੇ ਨੇ। ਹੁਣ ਇਸੇ ਕਰਕੇ ਇਥੋਂ ਦੀਆਂ ਜਿਹੜੇ ਇੰਸਟੀਟਿਊਸ਼ਨ ਨੇ ਉਹਨਾਂ ਦਾ ਮਿਆਰ ਡਿੱਗ ਰਿਹਾ ਕਿ ਜਿੰਨੇ ਇੰਟੈਲੀਜੈਂਟ ਪੜ੍ਹਨ ਲਿਖਣ ਵਾਲੇ ਜਿਹੜੇ ਆਪਣੀ ਜ਼ਿੰਦਗੀ ਨੂੰ ਅੱਛਾ ਬਣਾਉਣਾ ਚਾਹੁੰਦੇ ਨੇ ਉਹੀ ਸਟਰਗਲ ਕਰਦੇ ਨੇ, ਉਹ ਸਟਰਗਲ ਕਰਨ ਵਾਲੇ ਉਹ ਮਿਹਨਤੀ ਲੋਕ ਜਿਹੜੇ ਨੇ ਉਹ ਪੰਜਾਬ ਨੂੰ ਛੱਡ ਕੇ ਜਾਈ ਜਾ ਰਹੇ ਨੇ। ਔਰ ਪੰਜਾਬ ਦਾ ਭਵਿੱਖ ਜਿਹੜਾ ਏ ਉਹ ਕੋਈ ਹੁਣ ਬਹੁਤ ਜ਼ਿਆਦਾ ਜਿਹੜਾ ਏ ਉਹ ਰੋਸ਼ਨ ਨਹੀਂ ਹੈਗਾ, ਕਿਉਂਕਿ ਪੰਜਾਬ ਦੇ ਵਿਚ ਸਿਆਸੀ ਤੌਰ ਦੇ ਉੱਤੇ ਜਿਹੜੀ ਆ ਉਹ ਵੀ ਬਹੁਤ ਹਲਚਲ ਆ, ਔਰ ਸੋਸ਼ਲ ਤੌਰ ਦੇ ਉੱਤੇ ਮੈਂ ਇੱਥੇ ਅੰਮ੍ਰਿਤਸਰ ਦੇ ਵਿਚ ਰਹਿੰਦਾ ਹਾਂ, ਤੁਸੀਂ ਸੋਚ ਨਹੀਂ ਸਕਦੇ ਕਿ ਇੱਥੋਂ ਦੇ ਯੂਥ ਦੀ ਮਾਨਸਿਕਤਾ ਕਿਸ ਲੈਵਲ ਤੇ, ਜਿਹੜੇ ਇੱਥੇ ਰਹਿ ਗਏ ਨੇ ਉਹਨਾਂ ਦੀ ਡਿੱਗੀ ਹੋਈ ਹੈ। ਇੰਨਾ ਜ਼ਿਆਦਾ ਯੂਥ ਜਿਹੜਾ ਏ ਉਹ ਨਸ਼ੇ ਕਰ ਰਿਹਾ ਹੈ, ਔਰ ਇਸ ਸੱਚ ਦਾ ਸਾਹਮਣਾ ਕਰਨ ਦੀ ਬਜਾਏ ਪੰਜਾਬ ਦੇ ਜਿਹੜੇ ਰਾਜਨੀਤਿਕ ਲੋਕ ਨੇ, ਪੰਜਾਬ ਜਿਹੜੇ ਸੋਸ਼ਲ ਆਰਗੇਨਾਈਜੇਸ਼ਨ ਚ ਕਰਦੇ ਕੰਮ ਕਰਦੇ ਲੋਕ ਨੇ, ਉਹ ਚਿੰਤਾ ਕਰਨ ਦੀ ਬਜਾਏ ਕਿ ਇੱਥੋਂ ਦੇ ਯੂਥ ਵਿਚ ਕੀ ਕਾਰਨ ਆ ਜਿਹੜਾ ਇੰਨਾ ਨਸ਼ਾ ਵੱਧ ਗਿਆ ਏ, ਇੰਨਾ ਸਾਰਾ ਕੁਝ ਵੱਧ ਗਿਆ ਏ, ਔਰ ਵੱਡੀ ਗੱਲ ਇਸ ਨਸ਼ੇ ਦੇ ਵਿਚੋਂ ਮੁੜ ਕੇ ਇੱਕ ਬਹੁਤ ਵੱਡਾ ਹੋਰ ਸਮਾਜਿਕ ਕ੍ਰਾਈਸਿਸ ਨਿਕਲ ਰਿਹਾ ਏ ਤੇ ਉਹ ਜਿਹੜੇ ਨਸ਼ਾ ਕਰਦੇ ਲੋਕ ਨੇ ਉਹ ਹੁਲਰਬਾਜ਼ ਨੇ। ਤੁਸੀਂ ਇਸ ਵੇਲੇ ਸੜਕਾਂ ਦੇ ਉੱਤੇ ਕੋਈ ਸੇਫ ਨਹੀਂ ਹੈਗੇ, ਤੁਸੀਂ ਈਵਨ ਆਪਣੇ ਘਰਾਂ ਦੇ ਵਿਚ ਵੀ ਜਿਹੜਾ ਉਹ ਸੇਫ ਨਹੀਂ ਹੈਗੇ, ਤੁਸੀਂ ਬਾਹਰ ਕਿਸੇ ਮੇਲੇ ਮਸਾਦ ਕਿਸੇ ਚੰਗੀ ਜਗ੍ਹਾ ਤੇ ਜਾਓ ਤੁਸੀਂ ਉੱਥੇ ਸੇਫ ਨਹੀਂ ਹੈਗੇ। ਜਦੋਂ ਲੋਕ ਸੇਫ ਨਹੀਂ ਹੈਗੇ ਇਸੇ ਕਰਕੇ ਹੀ ਲੋਕ ਆਪਣੇ ਬੱਚਿਆਂ ਨੂੰ ਪੰਜਾਬ ਤੋਂ ਬਾਹਰ ਨਹੀਂ ਹਿੰਦੁਸਤਾਨ ਤੋਂ ਭਾਰਤ ਤੋਂ ਬਾਹਰ ਭੇਜ ਰਹੇ ਨੇ ਤਾਂ ਕਿ ਉਹ ਸ਼ਾਇਦ ਉੱਥੇ ਜਾ ਕੇ ਸੈੱਟ ਹੋ ਕੇ ਆਪਣੀ ਚੰਗੀ ਜ਼ਿੰਦਗੀ ਬਤੀਤ ਕਰ ਸਕਣ। ਇਹੀ ਕਾਰਨ ਹੈ ਕਿ ਪੰਜਾਬ ਦਾ ਭਵਿੱਖ ਹੁਣ ਕੋਈ ਰਿਹਾ ਨਹੀਂ। ਪੰਜਾਬ ਦੇ ਵਿਚ ਜਿਹੜੀ ਮੁੱਖ ਤੌਰ ਦੇ ਉੱਤੇ ਐਗਰੀਕਲਚਰ ਸਟੇਟ ਆ, ਐਗਰੀਕਲਚਰ ਹੁਣ ਕੋਈ ਲਾਹੇਵੰਦਾ ਜਿਹੜਾ ਏ ਉਹ ਰੁਜ਼ਗਾਰ ਨਹੀਂ ਰਿਹਾ, ਕਿੱਤਾ ਨਹੀਂ ਰਿਹਾ। ਐਗਰੀਕਲਚਰ ਦੇ ਵਿਚ ਲੋਕੀ ਦਿਨੋ ਦਿਨ ਕਰਜ਼ੇ ਹੇਠ ਦੱਬੇ ਜਾ ਰਹੇ ਨੇ। ਪੰਜਾਬ ਦੇ ਜਿੰਨੇ ਵੀ ਲੋਕ ਐਗਰੀਕਲਚਰ ਨਾਲ ਸੰਬੰਧ ਨੇ ਉਹਨਾਂ ਦੇ ਸਿਰਾਂ ਦੇ ਉੱਤੇ ਬਹੁਤ ਜ਼ਿਆਦਾ ਕਰਜ਼ਾ ਹੈ। ਔਰ ਇੱਕ ਜਿਹੜੀ ਝੂਠੀ ਸ਼ਾਨੋ ਸ਼ੌਕਤ ਹੈ, ਇੱਕ ਸਮਾਜ ਦੇ ਵਿਚ ਝੂਠੀ ਸ਼ਾਨੋ ਸ਼ੌਕਤ ਜਿਹੜੀ ਹੈ ਉਹ ਫੈਲ ਗਈ ਹੈ। ਲੋਕ ਵੱਡੇ ਵਿਆਹ ਕਰਨਾ ਚਾਹੁੰਦੇ ਨੇ ਜਿਹਦੇ ਵਿਚ ਤੁਸੀਂ ਤੇ ਇੱਥੇ ਰਹਿੰਦੇ ਜੇ ਤੁਹਾਡੇ ਤੇ ਇੱਦਾਂ ਦਾ ਕੋਈ ਕਲਚਰ ਨਹੀਂ, ਇੱਥੇ ਹਜ਼ਾਰ ਹਜ਼ਾਰ 12-1200 15-1500 2-2 ਹਜ਼ਾਰ ਦੀ ਗੈਦਰਿੰਗ ਦੇ ਵਿਆਹ ਹੋ ਰਹੇ ਨੇ। ਇੱਥੇ ਵਿਆਹ ਨਹੀਂ ਲੱਗਦੇ, ਐਂ ਲੱਗਦਾ ਜਿਵੇਂ ਤੇ ਬਹੁਤ ਵੱਡੀ ਕਾਨਫਰੰਸ ਹੋ ਰਹੀ ਹੈ ਜਾਂ ਕੋਈ ਬਹੁਤ ਵੱਡਾ ਸਮਾਗਮ ਹੋ ਰਿਹਾ ਲੋਕਾਂ ਦੀ, ਇੰਨੀ ਗਿਣਤੀ ਜਿਹੜੀ ਉਹਨਾਂ ਵਿਆਹਾਂ ਦੇ ਵਿਚ ਹੁੰਦੀ ਆ। ਔਰ ਉਹ ਜਿਹੜੀ ਪੈਸੇ ਦੀ ਬਰਬਾਦੀ ਹੈ ਉਹ ਜਿਹੜਾ ਸਾਰਾ ਕੁਝ ਆ ਉਹ ਵੀ ਸਾਨੂੰ ਨੀਵੇਂ ਪੱਧਰ ਵੱਲ ਲੈ ਕੇ ਜਾ ਰਿਹਾ। ਔਰ ਐਗਰੀਕਲਚਰ ਦੀ ਕੋਈ ਪੱਕਾ ਨੀ, ਮਾੜੀਆਂ ਦੀਆਂ ਵੀ ਕੋਈ ਮੌਸਮ ਦੀ ਖਰਾਬੀ ਹੋ ਜੇ ਤੇ ਸਾਡੀਆਂ ਪੱਕੀਆਂ ਫਸਲਾਂ ਬਰਬਾਦ ਹੋ ਰਹੀਆਂ ਨੇ। ਔਰ ਦੂਸਰੀ ਗੱਲ ਇਹ ਹੈ ਕਿ ਪੰਜਾਬ ਦੀ ਜਿਹੜੀ ਐਗਰੀਕਲਚਰ ਹੈ ਉਹ ਸਿਰਫ ਦੋ ਹੀ ਫਸਲਾਂ ਤੇ ਹੁਣ ਨਿਰਧਾਰਿਤ ਰਹਿ ਗਈ ਹੈ, ਇੱਕ ਰਾਈਸ ਐਂਡ ਇੱਕ ਵੀਟ। ਔਰ ਇਹਦੇ ਕਰਕੇ ਵੀ ਪੰਜਾਬ ਦਾ ਜਿਹੜਾ ਵਾਤਾਵਰਨ ਦਾ ਸੰਤੁਲਨ ਵੀ ਬਹੁਤ ਬੁਰੀ ਤਰ੍ਹਾਂ ਵਿਗੜ ਰਿਹਾ ਹੈ। ਔਰ ਪੰਜਾਬ ਜਿਹੜਾ ਏ ਇੱਕ ਅੰਧੇਰੀ ਸੁਰੰਗ ਵੱਲ ਦੀ ਨੂੰ ਵੱਧ ਰਿਹਾ ਹੈ ਜਿੱਥੇ ਕੋਈ ਰੋਸ਼ਨੀ ਦੀ ਜਿਹੜੀ ਰੋਸ਼ਨੀ ਆਉਣ ਦੀ ਕੋਈ ਸੰਭਾਵਨਾ ਨਹੀਂ ਰਹਿ ਰਹੀ। ਔਰ ਕੋਈ ਵੀ ਮੇਰੇ ਸਮੇਤ ਸਾਰੇ ਪੰਜਾਬ ਦੇ ਜਿਹੜੇ ਬੁੱਧੀਜੀਵੀ ਲੋਕ ਹੈ ਜਿੰਨੇ ਇੱਥੋਂ ਦੇ ਲੋਕ ਜਿਹੜੇ ਚੇਤਨ ਦਿਮਾਗ ਨੇ ਉਹ ਵੀ ਪੰਜਾਬ ਲਈ ਬਹੁਤਾ ਕੁਛ ਕਰ ਸਕਣ ਦੇ ਸਮਰੱਥ ਨਹੀਂ ਰਹਿ ਰਹੇ। ਇਸ ਕਰਕੇ
ਜਿਹੜਾ ਪੰਜਾਬ ਹੈ ਇਹਨੂੰ ਕੌਣ ਸਾਂਭੇਗਾ, ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਜੀ। ਬਿਲਕੁਲ। ਔਰ ਜਿੱਦਾਂ ਤੁਸੀਂ ਗੱਲ ਕੀਤੀ ਨਸ਼ਿਆਂ ਦੇ ਬਾਰੇ ਵੀ, ਜਦੋਂ ਇਹ ਜਿਹੜੀ ਕਾਂਗਰਸ ਪਾਰਟੀ ਜਦੋਂ ਜਿੱਤੇ ਸੀਗੇ ਪੰਜਾਬ ਦੇ ਵਿਚ, ਇਨ੍ਹਾਂ ਕੋਲ ਮੇਨ ਨਾਰਾ ਜਿਹੜਾ ਇਹੀ ਸੀਗਾ ਕਿ ਉਹ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰ ਦੇਣਗੇ। ਪਰ ਹਜੇ ਤੱਕ ਵੀ ਕਹਿੰਦੇ ਨੇ ਕਿ ਕੁਛ ਮੁਕਤ ਹੋਣੇ ਦੀ ਬਜਾਏ ਸਗੋਂ ਰਹਿੰਦਾ ਵਰਸ ਹੋ ਗਿਆ। ਤੇ ਫਿਰ ਇਸ ਪਾਰਟੀ ਨੂੰ ਦੇ ਕੀ ਮੋਹਰੇ ਤੁਹਾਨੂੰ ਦਿਖਦਾ ਹੈਗਾ ਕਿ ਇਸ ਪਾਰਟੀ ਦੇ ਕੋਲ ਅੱਗੇ ਆਉਣ ਦੇ ਕੋਈ ਚਾਂਸਿਸ ਹੈਗੇ? ਕਿਉਂਕਿ ਪੁਰਾਣੀ ਪਾਰਟੀ ਨੂੰ ਤਾਂ ਉਨ੍ਹਾਂ ਨੇ ਜਿਹੜੀ ਪਹਿਲਾਂ ਰਾਜ ਕਰ ਰਹੀ ਸੀ ਉਨ੍ਹਾਂ ਨੂੰ ਤਾਂ ਪਬਲਿਕ ਨੇ ਨਕਾਰਤਾ, ਕਿਉਂਕਿ ਇਨ੍ਹਾਂ ਨੇ ਕਾਂਗਰਸ ਪਾਰਟੀ ਨੇ ਹੀ ਕਾਫੀ ਜ਼ੋਰ ਲਾਇਆ ਸੀਗਾ ਕਿ ਇਨ੍ਹਾਂ ਨੇ ਨਸ਼ੇ ਲਾ ਦਿੱਤੇ, ਜੋ ਵੀ ਕੁਛ ਕਹਿੰਦੇ ਸੀਗੇ ਕਿ ਰਿਲੇਟਿਵਸ ਨਸ਼ਿਆਂ ਦੇ ਵਿਚ ਸੀਗੇ, ਵਟ ਐਵਰ ਇਟ ਇਜ਼ ਦਾ ਰੀਜ਼ਨ, ਹੈ ਨਾ। ਤੇ ਉਨ੍ਹਾਂ ਨੂੰ ਇਨ੍ਹਾਂ ਨੇ ਕਿਹਾ ਸੀ ਕਿ ਅਸੀਂ ਖਤਮ ਕਰਾਂਗੇ, ਅਸੀਂ ਘਰ ਘਰ ਨੌਕਰੀ ਦੇਵਾਂਗੇ। ਜਿਹੜੀਆਂ ਇਹ ਕਾਂਗਰਸ ਪਾਰਟੀ ਨੇ ਜਿਹੜੀਆਂ ਕੀਤੀਆਂ ਸੀਗੀਆਂ, ਵਾਅਦੇ ਕੀਤੇ ਸੀ, ਉਹਨਾਂ ਚੋਂ ਕਿੰਨੇ ਕੁ ਪਰਸੈਂਟ ਤੁਹਾਨੂੰ ਲੱਗਦਾ, ਕਿਉਂਕਿ ਤੁਸੀਂ ਪੰਜਾਬ ਚ ਰਹਿੰਦੇ ਹੋ ਤੁਹਾਨੂੰ ਪਤਾ ਹੈਗਾ ਕਿ ਕਿੰਨੇ ਕੁ ਪਰਸੈਂਟ ਉਹਨਾਂ ਨੇ ਫੁਲਫਿਲ ਕੀਤੇ ਨੇ ਸੋ ਫਾਰ? ਇਹ ਸਾਰੀਆਂ ਹੀ ਪੰਜਾਬੀਆਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਨੇ। ਜਿਹੜਾ ਵੱਧ ਭਰਮਾ ਲੈਂਦਾ ਹੈ ਉਹ ਰਾਜ ਸੱਤਾ ਹਾਸਲ ਕਰ ਲੈਂਦਾ ਹੈ। ਨਸ਼ਿਆਂ ਦੇ ਉੱਤੇ ਕੋਈ ਵੀ ਸਿਆਸੀ ਜਮਾਤ ਜਿਹੜੀ ਆ ਆਪਸ ਦੇ ਵਿਚ ਦੂਸ਼ਣਬਾਜ਼ੀ ਕਰਨ ਦੀ ਬਜਾਏ ਨਸ਼ਿਆਂ ਨੂੰ ਰੋਕਣ ਲਈ ਕੋਈ ਵੀ ਕਦਮ ਨਹੀਂ ਉਠਾ ਰਹੀ। ਔਰ ਪੰਜਾਬ ਵਿਚ ਨਸ਼ਾ ਇੰਨਾ ਸੌਖਾ ਜਿਹੜਾ ਹੈ ਉਹ ਮਿਲਦਾ ਹੈ, ਜਿਹੜਾ ਕਿ ਹੋਰ ਕਿਸੇ ਵੀ ਦੁਨੀਆਂ ਦੇ ਕੋਨੇ ਵਿਚ ਲੈਣਾ, ਜੇ ਕਿਸੇ ਨੇ ਨਸ਼ਾ ਲੈਣਾ ਹੋਏ ਤੇ ਉਹਨੂੰ ਬਹੁਤ ਜ਼ਿਆਦਾ ਜਿਹੜੀ ਹੈ ਭਾਲ ਕਰਨੀ ਪਏਗੀ। ਇੱਥੇ ਤੇ ਹਰ ਥਾਂ ਦੇ ਉੱਤੇ ਨਸ਼ਾ ਵਿਕ ਰਿਹਾ ਹੈ। ਔਰ ਇਸ ਵੇਲੇ ਮੈਂ ਕੱਲ ਪਰਸੋਂ ਅਖਬਾਰ ਦੇ ਵਿਚ ਪੜ੍ਹ ਰਿਹਾ ਸੀ ਪੰਜਾਬ ਨੂੰ ਕਰਾਂ ਜਿਹੜੀਆਂ ਟੈਕਸਿਸ ਨੇ ਉਹਨਾਂ ਦੇ ਵਿਚ ਬਹੁਤ ਘਾਟਾ ਆ ਰਿਹਾ ਹੈ, ਜੋ ਇਹਨਾਂ ਦੇ ਅਨੁਮਾਨ ਸੀਗੇ ਜੋ ਬਜਟ ਸੀਗੇ ਉਹ ਜਿਹੜਾ ਹੈ ਇਹਨਾਂ ਨੂੰ ਟੈਕਸ ਕਲੈਕਸ਼ਨ ਨਹੀਂ ਹੋਈ, ਪਰੰਤੂ ਜਿਹੜੀ ਸ਼ਰਾਬ ਵਿਕਦੀ ਹੈ ਉਹਦੇ ਵਿਚ ਅੱਗੇ ਨਾਲੋਂ ਸਰਕਾਰ ਦਾ ਰੈਵੇਨਿਊ ਸਰਕਾਰ ਦੇ ਜਿਹੜੇ ਟੈਕਸ ਨੇ ਬਹੁਤ ਜ਼ਿਆਦਾ ਸਰਕਾਰ ਨੂੰ ਵੱਧ ਮਿਲੇ। ਔਰ ਇੰਨੇ ਜ਼ਿਆਦਾ ਪੰਜਾਬ ਵਿਚ ਸ਼ਰਾਬ ਦੇ ਠੇਕੇ ਨੇ ਤੁਸੀਂ ਸੋਚ ਨਹੀਂ ਸਕਦੇ, ਇੰਨੀ ਸੌਖੀ ਔਰ ਇੰਨੀ ਮਹਿੰਗੀ ਹੋਣ ਦੇ ਬਾਵਜੂਦ ਵੀ ਪੰਜਾਬੀ ਬਹੁਤ ਵੱਡੇ ਪੱਧਰ ਤੇ ਜਿਹੜਾ ਸ਼ਰਾਬ ਦਾ ਸੇਵਨ, ਜੇ ਸ਼ਰਾਬ ਵਿਕਦੀ ਹੈ ਤਾਂ ਸਰਕਾਰ ਨੂੰ ਟੈਕਸ ਵੱਧ ਆ ਰਹੇ ਹੈ ਨਾ। ਸੋ ਬਜਾਏ ਇਸ ਗੱਲ ਦੇ ਕਿ ਨਸ਼ੇ ਘਟਣ ਦੀ ਬਜਾਏ ਪੰਜਾਬ ਦੇ ਵਿਚ ਵੱਧ ਰਹੇ ਨੇ, ਔਰ ਕੋਈ ਵੀ ਇੱਕ ਦੂਜੇ ਤੇ ਦੂਸ਼ਣਬਾਜ਼ੀ ਲਾਉਣ ਤੋਂ ਬਜਾਏ ਕੋਈ ਨਿੱਗਰ ਪਾਲਿਸੀ ਲੈ ਕੇ ਨਹੀਂ ਆ ਰਿਹਾ ਇਹਨਾਂ ਨਸ਼ਿਆਂ ਤੋਂ ਪੰਜਾਬ ਨੂੰ ਕਿਵੇਂ ਮੁਕਤ ਕੀਤਾ ਜਾਏ। ਔਰ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੈ ਅੱਗੇ ਸਿਰਫ ਲੜਕੇ ਹੀ ਨਸ਼ੇ ਕਰਦੇ ਸਨ, ਹੁਣ ਲੜਕੀਆਂ ਵੀ ਨਸ਼ਾ ਕਰ ਰਹੀਆਂ ਨੇ, ਜਿਸ ਦੀ ਐਗਜ਼ਾਮਪਲ ਪੰਜਾਬ ਦੇ ਵਿਚ 3 ਨਸ਼ਾ ਮੁਕਤੀ ਕੇਂਦਰ ਖੋਲੇ ਨੇ ਲੜਕੀਆਂ ਲਈ, ਇਹਨਾਂ ਚੋਂ 1 ਕੇਂਦਰ ਅੰਮ੍ਰਿਤਸਰ ਦੇ ਵਿਚ ਵੀ ਹੈ। ਸੋ ਤੁਸੀਂ ਵੇਖੋ ਕਿ ਅਸੀਂ ਪੰਜਾਬੀ ਜਿਹੜੇ ਆ ਉਹ ਕਿਸ ਨਿਗਾਰ ਵੱਲ ਨੂੰ ਜਾ ਰਹੇ ਹਾਂ। ਜਿਹੜੀ ਸੂਰਮਿਆਂ ਦੀ ਕੌਮ ਸੀ, ਯੋਧਿਆਂ ਦੀ ਕੌਮ ਸੀ, ਪੰਜਾਬ ਦੇ ਵਿਚ ਵੱਡੇ ਵੱਡੇ ਟੂਰਨਾਮੈਂਟ ਹੁੰਦੇ ਸੀ, ਪੰਜਾਬ ਦੇ ਵਿਚ ਘੋਲ ਕਬੱਡੀ ਹੁੰਦੀ ਸੀ, ਛੀਆਂ ਪੈਂਦੀਆਂ ਸੀਗੀਆਂ, ਹਾਕੀ ਦੇ ਸਭ ਤੋਂ ਵੱਧ ਖਿਡਾਰੀ ਪੰਜਾਬੀ ਪੈਦਾ ਕਰਦੇ ਸੀ। ਹੁਣ ਉਹ ਸਾਰਾ ਕੁਛ ਜਿਹੜਾ ਵਾ ਉਹ ਕਿਤੇ ਵੀ ਨਹੀਂ ਹੈਗਾ, ਔਰ ਪੰਜਾਬ ਜਿਹੜਾ ਹੈ ਉਹ ਬਹੁਤ ਨੀਵੇਂ ਪੱਧਰ ਨੂੰ ਜਾ ਰਿਹਾ ਹੈ। ਔਰ ਸੂਝਵਾਨ ਪੰਜਾਬੀ ਜਿਹੜੇ ਆ ਇਹਦੇ ਲਈ ਬਹੁਤ ਚਿੰਤਾ ਤੁਰਨੇ ਪਰ ਉਹ ਕਰ ਕੱਖ ਨਹੀਂ ਸਕਦੇ, ਕਿਉਂਕਿ ਪੰਜਾਬ ਦਾ ਰਾਜਨੀਤਿਕ ਸੈਟਅਪ ਜਿਹੜਾ ਇਹ ਇਸ ਵੇਲੇ ਜਿਹੜੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੇ ਉਹ ਪੰਜਾਬ ਬਾਰੇ ਕੋਈ ਚਿੰਤਾ ਨਹੀਂ ਕਰ ਰਹੀਆਂ, ਸਿਰਫ ਆਪਣੇ ਅਹੁਦਿਆਂ ਬਾਰੇ ਤੇ ਆਪਣੀਆਂ ਰਾਜਨੀਤੀ ਨੂੰ ਚਮਕਾਉਣ ਦੀਆਂ ਗੱਲਾਂ ਕਰਦੇ ਨੇ, ਪੰਜਾਬ ਉਹਦੇ ਵਿੱਚੋਂ ਸਾਰੇ ਵਿੱਚ ਕਿਤੇ ਵੀ ਸ਼ਾਮਿਲ ਨਹੀਂ ਹੈ ਜੀ। ਹੀਰਾ ਸਿੰਘ ਹੰਸਪਾਲ ਜੀ, ਤੁਹਾਨੂੰ ਕਿਤੇ ਇਹ ਨਹੀਂ ਲੱਗਦਾ ਹੈਗਾ ਕਿ ਜਦੋਂ ਪਿਛਲੀਆਂ ਸਰਕਾਰਾਂ ਨੇ ਵੀ ਔਰ ਹੋਣ ਵਾਲਿਆਂ ਨੇ ਵੀ ਇਨ੍ਹਾਂ ਨੇ ਲੋਕਾਂ ਨੂੰ ਫ੍ਰੀ ਚੀਜ਼ਾਂ ਦੇਣੀਆਂ ਸ਼ੁਰੂ ਕਰਤੀਆਂ ਸੀ, ਆਟਾ ਸਕੀਮ ਆਈ ਸੀ, ਦਾਲ ਸਕੀਮ ਆਈ ਸੀ, ਬਿਜਲੀ ਫ੍ਰੀ ਦੇਣ ਲੱਗ ਗਏ ਸੀਗੇ? ਕਿਉਂਕਿ ਦੇਖੋ ਜਿਹੜੀ ਚੀਜ਼ਾਂ ਬਣਦੀਆਂ ਨੇ, ਜਿਹੜੀ ਬਿਜਲੀ ਦੀ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, ਉਹਨੂੰ ਬਣਾਉਣੇ ਦੀ ਕੋਸਟ ਤਾਂ ਆਉਂਦੀ ਆ ਨਾ, ਤੇ ਜੇ ਸਰਕਾਰਾਂ ਇੱਦਾਂ ਹੀ ਫ੍ਰੀ ਦਿੰਦੀਆਂ ਰਹੂਗੀਆਂ ਤਾਂ ਫਿਰ ਸਰਕਾਰਾਂ ਬਾਕੀ ਬਜਟ ਜਿਹੜਾ ਆ ਉਹ ਕਿੱਦਾਂ ਚਲਾਉਣਗੀਆਂ? ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਇਹ ਫ੍ਰੀ ਚੀਜ਼ਾਂ ਦੇ ਕੇ ਜਿਹੜੀ ਪੰਜਾਬ ਨੇ ਪੰਜਾਬੀਅਤ ਨੂੰ ਜਿਹੜੇ ਆ ਉਹਨਾਂ ਨੂੰ ਫ੍ਰੀ ਦਿਖਾਉਣ ਲਈ ਗੁਜ਼ਾ ਰਹੇ ਨੇ? ਕਿਉਂਕਿ ਪੰਜਾਬੀ ਇੱਕ ਐਸੀ ਕੌਮ ਸੀ ਜਿਸ ਨੂੰ ਇਹ ਗਿਣਿਆ ਜਾਂਦਾ ਸੀ ਆਲਵੇਜ਼ ਕਿ ਬਹੁਤ ਮਿਹਨਤੀ ਕੌਮ ਆ, ਕਿਤੇ ਵੀ ਜਾਂਦੇ ਆ ਸਕਸੈਸਫੁਲ ਹੋ ਜਾਂਦੇ ਆ, ਬਿਕੋਜ਼ ਇਨ੍ਹਾਂ ਦੇ ਬਲੱਡ ਦੇ ਵਿਚ ਹੈਗਾ ਕਿ ਮਿਹਨਤ ਕਰਨੀ ਆ। ਹੁਣ ਤੁਹਾਨੂੰ ਇੱਦਾਂ ਨਹੀਂ ਲੱਗਦਾ ਕਿ ਜਿਹੜਾ ਇਹ ਫ੍ਰੀ ਦੇ ਰਿਹਾ ਕਰਕੇ ਇਹ ਲੋਕਾਂ ਨੂੰ ਨਕਾਰਾ ਬਣਾ ਰਿਹਾ?
ਇਹ ਵੀ ਇੱਕ ਜਿਹੜੀ ਹੈਗੀ ਆ ਬਿਜਲੀ ਕਿਸਾਨਾਂ ਨੂੰ ਫ੍ਰੀ ਦੇਣੀ ਜੀ, ਉਹ ਜਿਹੜੀ ਆ ਕਦੀ ਵੀ ਕਿਸਾਨਾਂ ਦੀ ਮੰਗ ਨਹੀਂ ਸੀ ਰਹੀ ਜੀ। ਇਹ ਕੈਪਟਨ ਦੀ ਜਿਹੜੀ ਬਾਦਲਾਂ ਦੇ 10 ਸਾਲ ਤੋਂ ਪਹਿਲਾਂ ਸਰਕਾਰ ਆਈ ਥੋੜੇ ਸਮੇਂ ਲਈ, ਇੱਕ ਵਾਰ ਬੀਬੀ ਭੱਠਲ ਜਿਹੜੀ ਹੈ ਉਹ ਪੰਜਾਬ ਦੀ ਚੀਫ ਮਿਨਿਸਟਰ ਬਣੀ ਸੀ ਤੇ ਉਸ ਵੇਲੇ ਉਹਨੇ ਇੱਕ ਐਵੇਂ ਗੱਲ ਕੱਢੀ ਕਿ ਅਸੀਂ ਜੇ ਜਿੱਤ ਕੇ ਦੁਬਾਰਾ ਆਏ ਤੇ ਕਿਸਾਨਾਂ ਨੂੰ ਫ੍ਰੀ ਬਿਜਲੀ ਦੇਵਾਂਗੇ। ਜਿਹੜੀ ਕਿਸਾਨਾਂ ਨੂੰ ਫ੍ਰੀ ਬਿਜਲੀ ਮਿਲੀ ਹੈ ਉਹਦੇ ਨਾਲ ਜਦੋਂ ਕੀਮਤਾਂ ਨਿਰਧਾਰਿਤ ਹੁੰਦੀਆਂ ਨੇ ਫਸਲ ਦੀਆਂ, ਜਿਹੜੀਆਂ ਵੀ ਇੱਥੇ ਦੋ ਕਰੋਪਸ ਨੇ ਮੇਨ ਰਾਈਸ ਐਂਡ ਵੀਟ, ਉਹਨਾਂ ਦੀਆਂ ਜਦੋਂ ਕੀਮਤਾਂ ਨਿਰਧਾਰਿਤ ਹੁੰਦੀਆਂ ਨੇ ਉਹਦੇ ਵਿੱਚ ਜਿਹੜੀਆਂ ਇਨਪੁਟਸ ਲੱਗਦੀਆਂ ਨੇ ਉਹ ਜਦੋਂ ਕੈਲਕੂਲੇਟ ਕੀਤੀਆਂ ਨੇ ਬਿਜਲੀ ਤੇ ਹੋਰ ਸਬਸਿਡੀਜ਼ ਪਾ ਕੇ ਉਹ ਇੰਨਾ ਨੀਵਾਂ ਪੱਧਰ ਉਹਦਾ ਕਰ ਦਿੱਤਾ ਜਾਂਦਾ ਹੈ ਕਿ ਕਿਸਾਨਾਂ ਦੇ ਪੂਰੇ ਨਹੀਂ ਹੁੰਦੇ। ਇਹ ਬਿਜਲੀ ਤੇ ਜਿਹੜੀਆਂ ਸਬਸਿਡੀਜ਼ ਨੇ ਇਹ ਕਿਸਾਨਾਂ ਦਾ ਫਾਇਦਾ ਕਰਨ ਦੀ ਬਜਾਏ ਜਦੋਂ ਉਹਦੀ ਕੀਮਤ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਆ ਜਿਹਨੂੰ ਐਮ ਐਸ ਪੀ ਕਹਿੰਦੇ ਆ ਇੱਥੇ, ਉਹ ਜਦੋਂ ਫਿਕਸ ਕਰਦੀ ਹੈ ਕੇਂਦਰੀ ਸਰਕਾਰ ਉਹਦੀ ਕੀਮਤ ਦੇ ਵਿੱਚੋਂ ਇਨਪੁਟਸ ਦੇ ਵਿੱਚੋਂ ਜਦੋਂ ਇਹਨਾਂ ਚੀਜ਼ਾਂ ਦੀ ਕੀਮਤ ਕੱਢ ਦਿੰਦੀ ਆ ਤੇ ਕੱਢ ਕੇ ਉਹ ਜਦੋਂ ਕੀਮਤ ਨਿਰਧਾਰਿਤ ਕਰਦੀ ਆ ਉਹ ਬਹੁਤ ਘੱਟ ਕਰਦੀ ਹੈ। ਜੇ ਸਾਰੀਆਂ ਇਨਪੁਟਸ ਵਿੱਚ ਲੈ ਕੇ ਜੋ ਜੋ ਕਿਸਾਨਾਂ ਦੀਆਂ ਫਸਲ ਦੇ ਵਿੱਚ ਇਨਪੁਟਸ ਲੱਗਦੀਆਂ ਨੇ ਉਹ ਵਿੱਚ ਪਾ ਕੇ ਕੀਮਤ ਨਿਰਧਾਰਿਤ ਕੀਤੀ ਜਾਂਦੀ ਤੇ ਕਿਸਾਨਾਂ ਦਾ ਫਾਇਦਾ ਹੋਣਾ। ਦੂਜਾ ਇਹ ਜਿਹੜੀ ਬਿਜਲੀ ਹੈ ਫ੍ਰੀ ਬਿਜਲੀ ਤੇ ਸਬਸਿਡੀਜ਼ ਨੇ ਇਹਨਾਂ ਨੇ ਵੀ ਕਿਸਾਨਾਂ ਦਾ ਨੁਕਸਾਨ ਕੀਤਾ ਇਹ ਫਾਇਦਾ ਕਰਨ ਦੀ ਬਜਾਏ। ਉਹਦੇ ਨਾਲ ਕੀ ਹੋ ਗਿਆ ਕਿ ਅੱਗੇ ਜਦੋਂ ਬਿਜਲੀ ਦਾ ਬਿੱਲ ਦੇਣਾ ਸੀ ਕਿਸਾਨ ਓਨਾ ਹੀ ਪਾਣੀ ਵਰਤਦਾ ਸੀ ਜਿੰਨੇ ਦੀ ਉਹਨੂੰ ਜ਼ਰੂਰਤ ਸੀ। ਹੁਣ ਤਾਂ ਕਿਸਾਨਾਂ ਨੇ ਆਟੋਮੈਟਿਕ ਸਟਾਰਟਰ ਲਾ ਤੇ ਨੇ, ਜਦੋਂ ਲਾਈਟ ਆਉਂਦੀ ਆ ਇਲੈਕਟ੍ਰਿਸਿਟੀ ਆਉਂਦੀ ਆ ਮੋਟਰਾਂ ਆਟੋਮੈਟਿਕ ਚੱਲ ਪੈਂਦੀਆਂ ਨੇ, ਜਿੱਥੇ ਥੋੜਾ ਪਾਣੀ ਚਾਹੀਦਾ ਉੱਥੇ ਜ਼ਿਆਦਾ ਲੱਗ ਰਿਹਾ ਹੈ ਔਰ ਜਿੱਥੇ ਜ਼ਿਆਦਾ ਚਾਹੀਦਾ ਸੀ ਉੱਥੇ ਖੁੱਲਾ ਹੀ ਛੱਡਿਆ ਜਾਂਦਾ ਆਪੇ ਲੱਗਦਾ ਰਹੇਗਾ। ਉਹਦੇ ਨਾਲ ਪੰਜਾਬ ਦਾ ਦੋਹਰਾ ਨੁਕਸਾਨ ਹੋ ਰਿਹਾ ਹੈ, ਇੱਕ ਤੇ ਸਬਸਿਡੀ ਕਰਕੇ ਕਿਸਾਨ ਜਿਹੜੇ ਆ ਪੈਸਟੀਸਾਈਡ ਤੇ ਫਰਟੀਲਾਈਜ਼ਰ ਵੀ ਜਿਹੜੀਆਂ ਨੇ ਉਹ ਗੈਰ ਜ਼ਰੂਰੀ ਤੌਰ ਤੇ ਵਰਤ ਰਹੇ ਨੇ। ਇੱਕ ਸ਼ੌਂਕ ਹੀ ਹੋ ਗਿਆ ਹੈ ਕਿ ਇੰਨਾ ਯੂਰੀਆ ਪਾਉਣਾ ਇੰਨੀ ਡਾਇਆ ਪਾਉਣੀ ਆ, ਉਸ ਖੇਤ ਨੂੰ ਉਹਨੇ ਯੂਰੀਏ ਦੀ ਜਾਂ ਉਹਨੇ ਡਾਇਆ ਦੀ ਜ਼ਰੂਰਤ ਹੈ ਜਾਂ ਨਹੀਂ ਹੈ ਕਿਸਾਨ ਨਹੀਂ ਸੋਚ ਰਿਹਾ। ਦੂਸਰੀ ਜਿਹੜੀ ਗੱਲ ਹੈ ਕਿ ਪਾਣੀ ਜਿਹੜਾ ਇਹ ਪੰਜਾਬ ਦਾ ਉਹ ਇੰਨਾ ਨੀਵਾਂ ਜਾ ਚੁੱਕਾ ਹੈ, ਪਾਣੀ ਦਾ ਕ੍ਰਾਈਸਿਸ ਵੀ 10-15 ਸਾਲ ਦੇ ਵਿੱਚ ਵਿੱਚ ਸਾਡੇ ਜੇ ਅਸੀਂ ਜਿਉਂਦੇ ਰਹੇ ਹੋ ਸਕਦਾ ਸਾਡੀ ਜ਼ਿੰਦਗੀ ਦੇ ਵਿੱਚ ਹੀ ਪੰਜਾਬ ਦਾ ਹਾਲਤ ਰਾਜਸਥਾਨ ਵਰਗਾ ਹੋ ਜਾਵੇ, ਕਿਉਂਕਿ ਕਿਸਾਨ ਨੇ ਹੁਣ ਜਿਹੜੇ ਇੱਥੇ ਬੋਰਵੈਲਸ ਰਾਹੀਂ ਪਾਣੀ ਦਿੰਦਾ ਹੈ ਫਸਲਾਂ ਨੂੰ, ਜਿਹੜੀ 300 ਫੁੱਟ ਵਾਲੀ ਪਰਤ ਆ ਅੱਗੇ ਪੰਜਾਬ ਕੱਢਦਾ ਸੀ 100 ਫੁੱਟ ਵਾਲੀ ਪਰਤ ਚੋਂ ਪਾਣੀ, ਹੁਣ ਇਸ ਵੇਲੇ ਪੰਜਾਬ ਦੇ ਵਿੱਚ ਜਿੰਨੇ ਵੀ ਐਗਰੀਕਲਚਰ ਟਿਊਬਲ ਲੱਗ ਰਹੇ ਨੇ ਉਹ 300 ਫੁੱਟ ਡੂੰਘੇ ਲੱਗ ਰਹੇ ਨੇ। ਸੋ ਇਸ ਕਰਕੇ ਅਸੀਂ 300 ਫੁੱਟ ਡੂੰਘੀ ਵੀ ਪਾਣੀ ਦੀ ਪਰਤ ਜਿਹੜੀ ਆ ਉਹਨੂੰ ਹੁਣ ਖਤਮ ਕਰਨ ਦਾ ਟੀਚਾ ਬਣਾ ਰਿਹਾ ਇੱਥੇ। ਇਸ ਕਰਕੇ ਜਿਹੜੇ ਵੱਡੇ ਰੁੱਖ ਨੇ ਜਾਂ ਕੁਛ ਨੇ ਪੰਜਾਬ ਦੇ ਵਿੱਚ ਉਹ ਖਤਮ ਹੋ ਰਹੇ ਨੇ ਕਿਉਂਕਿ ਉੱਪਰ ਦੀ ਸਤਹ ਤੇ ਪਾਣੀ ਹੀ ਨਹੀਂ ਹੈ, ਇਸ ਕਰਕੇ ਰੁੱਖ ਨੀ ਪੈਦਾ ਹੋ ਰਹੇ। ਰੁੱਖ ਨੀ ਪੈਦਾ ਹੋ ਰਹੇ ਤੇ ਵਾਤਾਵਰਨ ਦੇ ਵਿੱਚ ਵਿਗਾੜ ਆ ਰਿਹਾ ਹੈ, ਵਾਤਾਵਰਨ ਦੇ ਵਿੱਚ ਵਿਗਾੜ ਆ ਰਿਹਾ ਤੇ ਸਾਡੀਆਂ ਸਿਹਤ ਜਿਹੜੀ ਆ ਉਹ ਖਰਾਬ ਹੋ ਰਹੀ ਹੈ। ਜਦੋਂ ਬੰਦੇ ਦੀ ਸਿਹਤ ਖਰਾਬ ਹੋ ਜੇ ਉਹਨੂੰ ਫਿਰ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਕਰਕੇ ਇਹ ਜਿਹੜੀਆਂ ਸਬਸਿਡੀਆਂ ਜਾਂ ਫ੍ਰੀ ਦੀਆਂ ਚੀਜ਼ਾਂ ਸੀ ਇਹਨਾਂ ਨੇ ਵੀ ਪੰਜਾਬੀਆਂ ਨੂੰ ਮਾਨਸਿਕ ਤੌਰ ਦੇ ਉੱਤੇ ਗਰੀਬ ਕੀਤਾ ਹੈ, ਇਹਨਾਂ ਨੂੰ ਜੁਝਾਰੂ ਪੰਜਾਬੀ ਨਹੀਂ ਰਹਿਣ ਦਿੱਤਾ। ਬਿਲਕੁਲ ਜੀ, ਬਿਲਕੁਲ ਇਹੀ ਮੇਰਾ ਮਕਸਦ ਸੀਗਾ ਇਸ ਗੱਲ ਨੂੰ ਸ਼ੁਰੂ ਕਰਨ ਦਾ, ਕਿਉਂਕਿ ਰਾਦਰ ਦੈਨ ਉਹਨਾਂ ਨੂੰ ਫ੍ਰੀ ਦਾ ਦੇਣੇ ਨਾਲੋਂ ਉਹਨਾਂ ਨੂੰ ਜੋਬਸ ਦੇਣ ਤਾਂ ਕਿ ਉਹ ਆਪਣਾ ਕਮਾ ਕੇ ਜਿਹੜਾ ਆਪਣਾ ਖਰੀਦ ਸਕਣ। ਕੋਈ ਵੀ ਜੋਬ ਹੋਵੇ, ਜਦੋਂ ਤੁਸੀਂ ਜੋਬ ਤੇ ਜਾਂਦੇ ਹੋ ਨੈਚੁਰਲੀ ਤੁਸੀਂ ਕੁਛ ਨਾ ਕੁਛ ਤਾਂ ਘਰ ਕਮਾ ਕੇ ਲਿਆਉਂਦੇ ਹੋ ਨਾ, ਤੇ ਉਹਦੇ ਨਾਲ ਆਪਣੇ ਆਪ ਜਦੋਂ ਗੁਜ਼ਾਰੇ ਔਖੇ ਚੱਲੂਗੇ ਬੰਦਾ ਹੋਰ ਜ਼ਿਆਦਾ ਮਿਹਨਤ ਕਰੂਗਾ। ਸੋ ਇਹ ਗੱਲਾਂ ਦੇਖੋ ਹੁਣ ਆਮ ਲੋਕਾਂ ਨੂੰ ਵੀ ਇਹਨਾਂ ਗੱਲਾਂ ਦਾ ਪਤਾ ਹੈ, ਰਾਈਟ? ਤੇ ਜੇ ਹੁਣ ਆਪ ਜਿਹੜੇ ਲੋਕ ਆ ਪਬਲਿਕ ਆ ਉਹ ਕਿਉਂ ਇੱਦਾਂ ਡਿਪੈਂਡੈਂਟ ਹੋ ਗਏ ਕਿ ਗਵਰਨਮੈਂਟ ਦੇ ਉੱਪਰ ਹੀ ਸਭ ਕੁਝ ਸਿੱਟ ਦਿੱਤਾ ਕਿ ਗਵਰਨਮੈਂਟ ਕਰੂਗੀ ਤੇ ਤਾਂ ਹੀ ਸਾਰਾ ਕੁਛ ਠੀਕ ਹੋਊਗਾ? ਆਪਣੇ ਆਪ ਵੀ ਲੋਕਾਂ ਨੂੰ ਜਿਹੜੀ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਅਵੇਅਰਨੈਸ ਲਿਆਉਣੀ ਕਿ ਨਹੀਂ ਸਰਕਾਰਾਂ ਕੁਛ ਕਰਦੀਆਂ ਤਾਂ ਅਸੀਂ ਖੁਦ ਕਿਉਂ ਨਾ ਕੁਛ ਕਰੀਏ? ਜੇ ਉਹ ਖੁਦ ਕੁਛ ਕਰਨ ਜਾਣ ਲੱਗਣ ਤੇ ਉਹਦੇ ਵਿੱਚ ਵੀ ਕੋਈ ਸਰਕਾਰਾਂ ਵੱਲੋਂ ਰੁਕਾਵਟਾਂ ਪੈਂਦੀਆਂ ਕਿ ਤੁਸੀਂ ਆਹ ਕੰਮ ਨਹੀਂ ਕਰ ਸਕਦੇ ਜਾਂ ਤੁਸੀਂ ਆਹ ਕਾਰੋਬਾਰ ਨਹੀਂ ਕਰ ਸਕਦੇ? ਜਦੋਂ ਲੋਕੀ ਆਪਣੇ ਤੌਰ ਤੇ ਇਨੀਸ਼ੀਏਟਿਵ ਲੈਣਗੇ ਜੀ ਤੇ ਉਹ ਇਹਨਾਂ ਰਾਜਨੀਤਿਕ ਲੋਕਾਂ ਦੇ ਚੁੰਗਲ ਵਿੱਚੋਂ ਨਿਕਲਣਗੇ ਜੀ।
ਜਦੋਂ ਇਹਨਾਂ ਰਾਜਨੀਤਿਕ ਲੋਕਾਂ ਦੇ ਚੁੰਗਲ ਵਿੱਚੋਂ ਨਿਕਲ ਗਏ ਤੇ ਇਹਨਾਂ ਦੀ ਰਾਜਨੀਤੀ ਨਹੀਂ ਚੱਲੇਗੀ। ਸੋ ਇਸ ਕਰਕੇ ਇੱਥੇ ਕੋਈ ਵੀ ਚੰਗਾ ਇਨੀਸ਼ੀਏਟਿਵ ਲੈਣ ਵਾਲੇ ਬੰਦਿਆਂ ਨੂੰ ਅੱਗੇ ਆਉਣ ਹੀ ਨਹੀਂ ਦਿੱਤਾ ਜਾਂਦਾ। ਉਹਨਾਂ ਬਾਰੇ ਵੱਖ ਵੱਖ ਤਰ੍ਹਾਂ ਦੇ ਭਰਮ ਭੁਲੇਖੇ ਪਾ ਦਿੱਤੇ ਜਾਂਦੇ ਆ ਲੋਕਾਂ ਵਿੱਚ, ਰਾਜਨੀਤਿਕ ਲੋਕਾਂ ਵੱਲੋਂ ਉਹਨਾਂ ਦੀ ਬਹੁਤ ਜ਼ਿਆਦਾ ਬਦਨਾਮੀ ਕਰ ਦਿੱਤੀ ਜਾਂਦੀ ਹੈ ਜਾਂ ਉਹਨਾਂ ਨੂੰ ਕੋਈ ਝੂਠੇ ਕੇਸਾਂ ਵਗੈਰਾ ਦੇ ਵਿੱਚ ਫਸਾ ਕੇ ਇੱਥੇ ਜਿਹੜਾ ਹੈ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਰਿਹਾ। ਔਰ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਚੇਤਨ ਵਿਦਿਆਰਥੀ ਹੁੰਦਾ ਸੀ ਉਹ ਬਿਲਕੁਲ ਚੁੱਪ ਕਰਕੇ, ਉਹਦੀ ਕੋਈ ਚੇਤਨਤਾ ਰਹੀ ਨਹੀਂ, ਉਹ ਬਿਲਕੁਲ ਜਿਹੜਾ ਇਹ ਨਸ਼ਿਆਂ ਦਾ ਆਦੀ ਹੋ ਚੁੱਕਾ ਹੈ ਜਾਂ ਇੱਥੇ ਹੁੱਲੜਬਾਜ਼ੀ ਵੱਧ ਗਈ ਹੈ। ਔਰ ਉਹ ਜਿਹੜੀ ਹੁੱਲੜਬਾਜ਼ੀ ਹੈ ਉਹ ਤੋਂ ਸਾਰੇ ਹੀ ਲੋਕ ਡਰਦੇ ਨੇ। ਤੁਹਾਡੀ ਸੜਕ ਦੇ ਉੱਤੇ ਕਿਸੇ ਦੀ ਕਾਰ ਨਾਲ ਕਾਰ ਵੱਜੇ ਬਜਾਏ ਇਸ ਗੱਲ ਦੇ ਕਿ ਉਹ ਦੋਨੋਂ ਜਾਣੇ ਵੇਖਣ ਵੀ ਤੇਰਾ ਕਿੰਨਾ ਨੁਕਸਾਨ ਹੋ ਗਿਆ, ਐਕਸੀਡੈਂਟ ਹੋ ਸਕਦਾ ਹੈ ਸੜਕ ਦੇ ਉੱਤੇ, ਤੇਰਾ ਕਿੰਨਾ ਨੁਕਸਾਨ ਹੋ ਗਿਆ, ਤੂੰ ਮੇਰਾ ਭਰ ਦੇ, ਮੈਂ ਤੇਰਾ ਭਰ ਦਿੰਦਾ, ਜਾਂ ਜਿਹਦੀ ਕਸੂਰ ਆ ਉਹ ਭਰ ਦੇ। ਪਰ ਇੱਥੇ ਹੁੰਦਾ ਹੀ ਨਹੀਂ, ਇੱਥੇ ਤੁਹਾਡੀ ਕਾਰ ਜਾਂ ਮੋਟਰਸਾਈਕਲ ਕਿਸੇ ਨਾਲ ਵੱਜੇ, ਔਰ ਸਪੈਸ਼ਲੀ ਉਹ ਜਿਹੜੇ ਇੱਕ ਸਪੈਸ਼ਲ ਤਰ੍ਹਾਂ ਦੇ ਲੋਕ ਨੇ ਜੇ ਉਹਨਾਂ ਦੀ ਕਾਰ ਨਾਲ ਵੱਜੇ, ਉਹ ਪਤਾ ਨੀ ਕਿੱਥੋਂ ਫੋਨ ਦੇ ਉੱਤੇ ਫੋਨ ਕਰਦੇ ਆ, ਦਸ ਦਸ ਵੀਹ ਵੀਹ ਲੋਕ ਜਿਹੜੇ ਆ ਕ੍ਰਿਕਟ ਦੇ ਬੇਸਬਾਲ ਦੇ ਤੇ ਡੰਡੇ ਲੈ ਕੇ ਆ ਜਾਂਦੇ ਆ, ਉਹ ਬਿਨਾਂ ਪੁੱਛਿਆਂ ਤੁਹਾਨੂੰ ਕੁੱਟ ਕੁੱਟ ਕੇ ਤੁਹਾਡਾ ਬੁਰਾ ਹਾਲ ਕਰ ਦਿੰਦੇ ਆ। ਔਰ ਇਹ ਕੋਈ ਨੀ ਪੁੱਛਦਾ ਕਸੂਰ ਕਿਹਦਾ ਸੀ, ਕਾਰ ਨਾਲ ਕਾਰ ਵੱਜੀ ਆ, ਕਾਰ ਦੇ ਜਿਹੜੀ ਨੁਕਸਾਨ ਦੀ ਜਿਹੜੀ ਆ ਉਹ ਭਰਪਾਈ ਹੋ ਸਕਦੀ ਆ, ਉਹਨੂੰ ਕੰਪਨਸੇਟ ਕੀਤਾ ਜਾ ਸਕਦਾ, ਪਰ ਉਹ ਤੁਹਾਨੂੰ ਇੰਨਾ ਜ਼ਿਆਦਾ ਕੁੱਟ ਜਾਂਦੇ ਨੇ, ਇੰਨਾ ਜ਼ਿਆਦਾ ਮਾਰ ਜਾਂਦੇ ਨੇ, ਫਿਰ ਪਤਾ ਨੀ ਲੱਗਦਾ ਕਿੱਧਰ ਤੇ ਕਿੱਧਰ ਉਹ ਚੱਲ ਜਾਂਦੇ ਨੇ। ਨਾ ਕੋਈ ਇੱਥੇ ਪਰੂਫ ਹੈਗੇ ਨੇ, ਨਾ ਹੀ ਕੋਈ ਇੱਥੇ ਇਸ ਤਰ੍ਹਾਂ ਦੇ ਕੈਮਰੇ ਲੱਗੇ ਨੇ ਜਿਨ੍ਹਾਂ ਤੋਂ ਆਈਡੈਂਟੀਫਾਈ, ਔਰ ਜਿਹੜਾ ਜਿਹਦੀ ਕਾਰ ਵੱਜੀ ਹੁੰਦੀ ਹੈ ਸ਼ਰੀਫ ਆਦਮੀ ਦੀ ਉਹਨੂੰ ਸੱਟਾਂ ਲਾ ਕੇ ਬਿਮਾਰ ਹੋ ਗਿਆ, ਦੋਹਰਾ ਨੁਕਸਾਨ ਕਰ ਜਾਂਦੇ ਨੇ, ਉਹਨੂੰ ਸਰੀਰਕ ਤੌਰ ਤੇ ਵੀ ਨੁਕਸਾਨ ਪਹੁੰਚਾ ਜਾਂਦੇ ਨੇ, ਉਹਦੇ ਵਹੀਕਲ ਨੂੰ ਤਾਂ ਨੁਕਸਾਨ ਅੱਗੇ ਹੀ ਪਹੁੰਚਿਆ ਹੁੰਦਾ। ਇਸ ਤਰ੍ਹਾਂ ਦੀ ਮਾਨਸਿਕਤਾ ਵੀ ਜਿਹੜੀ ਆ ਉਹ ਪੰਜਾਬ ਵਿੱਚ ਬਣ ਚੁੱਕੀ ਹੈ, ਜਿਹਦੇ ਕਰਕੇ ਲੋਕ ਜਿਹੜੇ ਆ ਸ਼ਰੀਫ ਲੋਕ, ਚੰਗੇ ਲੋਕ ਜਾਂ ਜਿਹੜੇ ਲੋਕ ਕੁਛ ਕਰ ਸਕਦੇ ਆ ਉਹ ਪੰਜਾਬ ਨੂੰ ਛੱਡ ਕੇ ਭੱਜਣ ਵਿੱਚ ਹੀ ਆਪਣੀ ਬਿਹਤਰੀ ਸਮਝ ਰਹੇ ਨੇ। ਜੀ, ਇੱਥੇ ਗੱਲ ਚੱਲੀ ਜਿਹੜੀ ਆ ਯੂਥ ਜਿਹੜੇ ਉਹਨਾਂ ਦੀ ਹੁੱਲੜਬਾਜ਼ੀ ਦੀ, ਤੇ ਮੈਂ ਕਿਸੇ ਦੇ ਨਾਲ ਇੱਥੇ ਗੱਲ ਕਰ ਰਹੀ ਸੀ, ਕਿਸੇ ਦਿਨ ਗੱਲ ਚੱਲ ਰਹੀ ਸੀ, ਉਹ ਵੀ ਇੰਡੀਆ ਤੋਂ ਹੀ ਪੜ੍ਹ ਕੇ ਆਏ ਸੀਗੇ, ਐਜ਼ ਏ ਸਟੂਡੈਂਟ ਆਏ ਸੀਗੇ, ਤੇ ਉਹ ਦੱਸ ਰਹੇ ਸੀਗੇ ਕਿ ਜਦੋਂ ਉਹ ਉੱਥੇ ਦੇ ਇੰਡੀਆ ਦੀਆਂ ਇੰਸਟੀਚਿਊਟਸ ਦੇ ਵਿੱਚ ਪੜ੍ਹਦੇ ਸੀਗੇ, ਕਹਿੰਦੇ ਕਿ ਕੁਛ ਇੱਕ ਲੋਕ ਆਉਂਦੇ ਹੁੰਦੇ ਸੀਗੇ ਜਿਹੜੇ, ਕਿਉਂਕਿ ਉਹ ਕਹਿੰਦੇ ਕਿ ਸਾਨੂੰ ਉਦੋਂ ਇਹ ਸਮਝ ਨਹੀਂ ਸੀ ਹੁੰਦੀ ਕਿ ਅਸੀਂ ਕੀ ਕਰ ਰਹੇ ਹਾਂ, ਕਹਿੰਦੇ ਉਹ ਆਉਂਦੇ ਸੀਗੇ ਔਰ ਸਟੂਡੈਂਟਸ ਨੂੰ ਪੈਸਾ ਦੇ ਕੇ ਹੁੱਲੜਬਾਜ਼ੀ ਲਈ ਉਕਸਾਉਂਦੇ ਸੀਗੇ ਕਿ ਤੁਸੀਂ ਫਲਾਨੀ ਜਗ੍ਹਾ ਜਾ ਕੇ ਧਰਨਾ ਦੇਣਾ ਆ, ਫਲਾਨੀ ਜਗ੍ਹਾ ਜਾ ਕੇ ਤੁਸੀਂ ਲੜਾਈ ਕਰਨੀ ਆ, ਕੋਈ ਨਾ ਕੋਈ ਐਜੀਟੇਸ਼ਨ ਸ਼ੁਰੂ ਕਰਕੇ ਉਹਦੇ ਵਿੱਚ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਪੈਸੇ ਦੇ ਕੇ ਲੈ ਜਾਂਦੇ ਸੀਗੇ। ਅੱਜ ਕੱਲ ਵੀ ਇਹ ਹੋ ਰਿਹਾ? ਬਿਲਕੁਲ ਇਹੀ ਹੋ ਰਿਹਾ ਹੈ। ਸਾਰੀਆਂ ਪੰਜਾਬ ਦੀਆਂ ਜਿਹੜੀਆਂ ਇਸ ਵੇਲੇ ਸਰਗਰਮ ਸਿਆਸੀ ਜਮਾਤਾਂ ਨੇ ਜੀ, ਉਹਨਾਂ ਨੇ ਆਪਣੀਆਂ ਵਿਦਿਆਰਥੀਆਂ ਦੇ ਵਿੱਚ ਵਿੰਗ ਬਣਾਏ ਹੋਏ ਨੇ, ਔਰ ਉਹਨਾਂ ਦੀਆਂ ਤਾਜਪੋਸ਼ੀਆਂ ਕੀਤੀਆਂ ਜਾਂਦੀਆਂ ਨੇ ਜੀ। ਉਹ ਬਿਲਕੁਲ ਇਹ ਸ਼ਬਦ ਨਹੀਂ ਲਿਖਦੇ ਕਿ ਉਹਨੂੰ ਚੁਣ ਲਿਆ ਗਿਆ ਕਿਸੇ ਵੀ ਆਰਗੇਨਾਈਜੇਸ਼ਨ ਨੇ, ਵਿਦਿਆਰਥੀਆਂ ਦੇ ਵਿੱਚ ਕਿਸੇ ਵਿਦਿਆਰਥੀ ਲੀਡਰ ਨੂੰ ਚੁਣ ਲਿਆ ਗਿਆ ਨਹੀਂ ਲਿਖਦੇ, ਉਹ ਲਿਖ ਦਿੱਤੇ ਥਾਪ ਦਿੱਤਾ ਗਿਆ ਜਾਂ ਉਹਦੀ ਤਾਜਪੋਸ਼ੀ ਕੀਤੀ ਗਈ ਜੀ। ਮੇਰੀ ਆਪਣੀ ਯੂਨੀਵਰਸਿਟੀ ਦੇ ਗੇਟਾਂ ਦੇ ਬਾਹਰ ਵੱਡੇ ਵੱਡੇ ਬੋਰਡ ਲੱਗੇ ਨੇ ਦੋਨਾਂ ਪੰਜਾਬ ਦੀਆਂ ਸਿਆਸੀ ਜਮਾਤਾਂ ਦੇ, ਸ਼੍ਰੋਮਣੀ ਅਕਾਲੀ ਦਲ ਦੇ ਵੀ ਲਾਇਆ ਹੋਇਆ ਹੈ ਕਿ ਉਹਨਾਂ ਨੇ ਫਲਾਣੇ ਫਲਾਣੇ ਵਿਦਿਆਰਥੀ ਨੂੰ ਜਿਹੜਾ ਹੈ ਉਹ ਅਕਾਲੀ ਦਲ ਵੱਲੋਂ ਯੂਨੀਵਰਸਿਟੀ ਦਾ ਪ੍ਰਧਾਨ ਥਾਪ ਦਿੱਤਾ ਹੈ ਜੀ, ਔਰ ਬਿਨਾਂ ਯੂਨੀਵਰਸਿਟੀ ਦੀ ਪਰਮਿਸ਼ਨ ਤੋਂ। ਹਾਂ ਬਿਲਕੁਲ, ਯੂਨੀਵਰਸਿਟੀ ਦੀ ਉਹਦੇ ਵਿੱਚ ਕੋਈ ਸਹਿਮਤੀ ਨਹੀਂ ਹੈਗੀ, ਔਰ ਯੂਨੀਵਰਸਿਟੀ ਪ੍ਰਸ਼ਾਸਨ ਇਸ ਗੱਲ ਨੂੰ ਲੈ ਕੇ ਚਿੰਤਾਪੁਰ ਵੀ ਹੈਗਾ, ਇਵੇਂ ਹੀ ਕਾਂਗਰਸ ਨੇ ਵੀ ਲਾਏ ਨੇ ਜੀ, ਉਹਨਾਂ ਨੇ NSUI ਦੇ ਜਿਹੜਾ ਫਲਾਣੇ ਫਲਾਣੇ ਬੰਦੇ ਨੂੰ ਇੱਥੇ ਪ੍ਰਧਾਨ ਲਾਤਾ ਹੈ, ਔਰ ਵੱਡੀਆਂ ਵੱਡੀਆਂ ਹੋਰਡਿੰਗ ਜਿਹੜੀਆਂ ਨੇ ਉਹ ਲੱਗੀਆਂ ਨੇ, ਔਰ ਉਹ ਉਹੀ ਆਉਣ ਵਾਲਾ ਉਹਨਾਂ ਦਾ ਸਿਆਸੀ ਭਵਿੱਖ ਹੈ। ਜਦੋਂ ਇਹਨਾਂ ਨੂੰ ਲੋੜ ਪੈਂਦੀ ਹੈ ਵੱਡੇ ਇਕੱਠ ਕਰਨ ਦੀ ਜਾਂ ਕੋਈ ਆਪਣੀ ਪਾਰਟੀ ਦੇ ਲੈਵਲ ਤੇ ਕੋਈ ਧਰਨਾ ਮੁਜ਼ਾਹਰਾ ਕਰਨ ਦੀ, ਉਦੋਂ ਉਹ ਵਿਦਿਆਰਥੀਆਂ ਨੂੰ ਇੱਥੇ ਕਾਰਾਂ ਦੇ ਵਿੱਚ ਜਾਂ ਬੱਸਾਂ ਦੇ ਵਿੱਚ ਲੱਦ ਕੇ ਲੈ ਕੇ ਜਾਂਦੇ ਨੇ, ਔਰ ਉਹ ਜਿਹੜੇ ਆ ਯੂਨੀਵਰਸਿਟੀਆਂ ਦੇ ਵਿੱਚ ਵੀ ਯੂਨੀਵਰਸਿਟੀਆਂ ਦੀ ਸ਼ਾਂਤੀ ਲਈ
ਯੂਨੀਵਰਸਿਟੀਆਂ ਦੇ ਐਜੂਕੇਸ਼ਨ ਲਈ ਇੱਕ ਥ੍ਰੈਟ ਪੈਦਾ ਹੋ ਰਹੀ ਹੈ ਜੀ। ਤੇ ਥੋੜੀ ਜੀ ਕਿਉਂਕਿ ਆਪਣਾ ਟਾਪਿਕ ਤਾਂ ਇਹ ਸੀਗਾ ਕਿ ਕਿਉਂ ਉਥੋਂ ਛੱਡ ਕੇ ਆ ਰਹੇ ਉਹਦੇ ਬਾਰੇ, ਪਰ ਇੱਕ ਥੋੜੀ ਜੀ ਗੱਲ ਚੱਲੀ ਆ ਤਾਂ ਇਹ ਵੀ ਗੱਲ ਕਰ ਲਈਏ ਕਿਉਂਕਿ ਹੁਣ ਜਿਹੜਾ ਬਿੱਲ ਬਣਿਆ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਬਣਿਆ ਉਹਦੇ ਕਰਕੇ ਜਿਹੜੇ ਉਧਰ ਦੂਸਰੀ ਸਾਈਡ ਤੇ ਦਿੱਲੀ ਤੇ ਉਧਰ ਪਰਲੇ ਪਾਸੇ ਸਾਊਥ ਚ ਜਿਹੜੇ ਦੰਗੇ ਹੋ ਰਹੇ ਨੇ ਉਹਦੇ ਵਿਚ ਵੀ ਸਟੂਡੈਂਟਸ ਸ਼ਾਮਿਲ ਹੋ ਰਹੇ ਤੇ ਕਿਤੇ ਨਾ ਕਿਤੇ ਇਹ ਨੀ ਲੱਗਦਾ ਕਿ ਉੱਥੇ ਦੇ ਲੋਕਾਂ ਦੀ ਵੀ ਮਾਨਸਿਕਤਾ ਇਵੇਂ ਹੀ ਹੋਵੇ ਜਿਵੇਂ ਪੰਜਾਬ ਦਿਆਂ ਦੀ ਹੈ? ਕਿਉਂਕਿ ਦੇਖੋ ਜਿਹੜੇ ਸਟੂਡੈਂਟਸ ਉੱਥੇ ਪੜ੍ਹ ਰਹੇ ਨੇ ਉਹ ਤਾਂ ਆਲਰੇਡੀ ਬੋਰਨ ਸਿਟੀਜ਼ਨਸ ਹੈਗੇ ਆ, ਉਹਨਾਂ ਨੂੰ ਤਾਂ ਕੋਈ ਖਤਰਾ ਹੀ ਨਹੀਂ ਹੈਗਾ ਕਿਤੇ ਵੀ ਜੇ ਕੋਈ ਵੀ ਬਿੱਲ ਬਣਦਾ ਕੋਈ ਵੀ ਅਮੈਂਡਮੈਂਟ ਹੁੰਦੀ ਹੈ ਉਹਨਾਂ ਨੂੰ ਤਾਂ ਖਤਰਾ ਹੀ ਨਹੀਂ ਹੈਗਾ ਬਾਹਰ ਨਿਕਲਣ ਦਾ ਕਿ ਉਹਨਾਂ ਨੂੰ ਦੇਸ਼ ਚੋਂ ਕੱਢ ਦਿੱਤਾ ਜਾਊਗਾ। ਇਹ ਬਿੱਲ ਜਿਹੜਾ ਬਣਾਇਆ ਤਾਂ ਉਹਨਾਂ ਨੇ ਰੈਫਿਊਜੀਜ਼ ਲਈ ਆ ਨਾ, ਕਿ ਜਿਹੜੇ ਰੈਫਿਊਜੀਜ਼ ਆਏ ਆ ਉਹਨਾਂ ਦੇ ਲਈ ਆ ਰਹੇ ਆ। ਆਪਾਂ ਉਹਦੇ ਬਿੱਲ ਦੇ ਬਾਰੇ ਆਪਾਂ ਅੱਜ ਇੰਨੀ ਗੱਲ ਨਹੀਂ ਕਰਾਂਗੇ, ਪਰ ਉਹਦੇ ਵਿਰੋਧ ਦੇ ਵਿਚ ਜਿਹੜੇ ਦੰਗੇ ਹੋ ਰਹੇ ਆ ਕਿਤੇ ਨਾ ਕਿਤੇ ਲੱਗਦਾ ਨੀ ਤੁਹਾਨੂੰ ਕਿ ਉੱਥੇ ਵੀ ਇਹੀ ਕੁਛ ਹੋ ਰਿਹਾ ਹੋਵੇ? ਮੈਂ ਤੁਹਾਡੀ ਇਸ ਬਿੱਲ ਦੀ ਥੋੜੀ ਜੀ ਬੈਕ ਦੇ ਉੱਤੇ ਜਿਹੜੀ ਇੱਕ ਵਿਚਾਰਧਾਰਾ ਕੰਮ ਕਰ ਰਹੀ ਹੈ, ਇਹ ਬਿੱਲ ਬੇਸਿਕਲੀ ਅਸਾਮ ਦੇ ਵਿਚ ਅਸਾਮ ਗਣ ਪ੍ਰੀਸ਼ਦ ਤੇ ਅਸਾਮ ਵਿਦਿਆਰਥੀ ਯੂਨੀਅਨ ਜਿਹੜੀ ਹੈ ਜੀ ਉਹਨਾਂ ਨੇ ਆਪਣੀ ਆਇਡੈਂਟੀ ਨੂੰ ਲੈ ਕੇ ਜੀ ਉੱਥੇ ਵਸ ਰਹੇ ਲੋਕਾਂ ਨੂੰ ਲੈ ਕੇ ਇੱਕ ਵੱਡੀ ਐਜੂਕੇਸ਼ਨ ਕੀਤੀ। ਉਸ ਐਜੂਕੇਸ਼ਨ ਦੇ ਵਿਚ ਉਹਨਾਂ ਦੋਨਾਂ ਨਾਲ ਇੱਕ ਅਸਾਮ ਅਕਾਰਡ ਹੋਇਆ, ਇੱਕ ਅਸਾਮ ਦਾ ਫੈਸਲਾ ਕੇਂਦਰੀ ਉਸ ਵੇਲੇ ਦੀ ਕੇਂਦਰੀ ਸਰਕਾਰ ਨਾਲ ਹੋਇਆ ਕਿ ਇੱਥੇ ਜਿਹੜੇ ਬਾਹਰ ਤੋਂ ਆ ਕੇ ਵਸ ਰਹੇ ਰਿਫਿਊਜੀ ਜਾਂ ਦੂਜੇ ਲੋਕ ਨੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਕੀਤੀ ਜਾਏਗੀ ਔਰ ਉਹਨਾਂ ਨੂੰ ਹੋਰ ਕਿਤੇ ਸੈਟਲ ਕੀਤਾ ਜਾਏਗਾ ਤਾਂ ਕਿ ਅਸਾਮੀਆਂ ਦੀ ਜੋ ਪੰਜਾਬੀ ਅਸਾਮੀਆਂ ਦੀ ਜਿਹੜੀ ਆਪਣੀ ਪ੍ਰਭੂ ਸੱਤਾ ਏ ਉਹਨੂੰ ਕੋਈ ਥ੍ਰੈਟ ਪੈਦਾ ਨਾ ਹੋਵੇ। ਉਹ ਗੱਲ ਚੱਲਦੀ ਚੱਲਦੀ ਉੱਥੇ ਫਿਰ ਇੱਕ ਨਵਾਂ ਨਿਕਲਿਆ, ਉਹ ਨੈਸ਼ਨਲ ਸਿਟੀਜ਼ਨ ਰਜਿਸਟਰ NCR ਔਰ ਉਹ ਜਿਹੜਾ ਜਦੋਂ ਉਹਦੇ ਵਿਚ ਉਹ ਲਾਗੂ ਕੀਤਾ ਗਿਆ ਉਹਦੇ ਚ ਇੱਕ ਵੱਡਾ ਬਜਟ ਰੱਖਿਆ ਗਿਆ। ਜਦੋਂ ਵੱਡਾ ਬਜਟ ਰੱਖਿਆ ਗਿਆ ਤੇ ਉੱਥੇ 14 ਲੱਖ ਦੇ ਕਰੀਬ ਲੋਕ ਜਿਹੜੇ ਆ ਉਹ ਕੋਈ ਆਪਣਾ ਡਾਕੂਮੈਂਟ ਪੇਸ਼ ਨਾ ਕਰ ਸਕੇ ਕਿ ਉਹ ਕਿੱਥੋਂ ਦੇ ਨੇ ਔਰ ਉਹਨਾਂ ਨੂੰ ਗੈਰ ਆਸਾਮੀ ਜਿਹੜਾ ਏ ਉਹ ਮੰਨਿਆ ਜਾਣ ਲੱਗ ਪਿਆ। ਪਰ ਜਿਹੜੇ 14 ਲੱਖ ਲੋਕ ਸੀ ਉਹਦੇ ਵਿਚੋਂ ਜੋ ਮੋਟੇ ਤੌਰ ਤੇ ਅੰਕੜੇ ਦੱਸਦੇ ਨੇ 10 ਲੱਖ ਹਿੰਦੁਸਤਾਨ ਦੇ ਹਿੰਦੂ ਸੀਗੇ ਤੇ 4 ਲੱਖ ਜਿਹੜੇ ਆ ਉਹ ਮੁਸਲਿਮ ਸੀਗੇ ਜਿਹੜੇ ਵੱਖ ਵੱਖ ਥਾਵਾਂ ਤੇ ਆਣ ਕੇ ਇੱਥੇ ਵਸੇ ਸੀ। ਉਹ ਗੱਲ ਵੱਧਦੀ ਵੱਧਦੀ ਮੈਂ ਤੇ ਇਸ ਬਿੱਲ ਬਾਰੇ ਇੱਕ ਗੱਲ ਸੋਚਦਾ ਕਿ ਜੇ ਸਰਕਾਰ ਨੇ ਇਹ ਬਿੱਲ ਲਿਆਉਣਾ ਸੀ ਇਹ ਬਿੱਲ ਦਾ ਜਿਹੜਾ ਵੀ ਖਰੜਾ ਸੀ ਜਿਹੜਾ ਬਿੱਲ ਦੀਆਂ ਟੋਟਲ ਬਿੱਲ ਸੀਗਾ ਆਮ ਲੋਕਾਂ ਨੂੰ ਭੇਜ ਦਿੱਤਾ ਜਾਂਦਾ, ਲੋਕਾਂ ਨੂੰ ਕਹਿੰਦੇ ਕਿ ਬਿੱਲ ਨੂੰ ਪੜੋ ਇਹਦੇ ਉੱਤੇ। ਹੁਣ ਜੋ ਇੰਨੇ ਦੰਗਿਆਂ ਦੇ ਬਾਅਦ ਸਰਕਾਰ ਕਹਿ ਰਹੀ ਹੈ ਪਹਿਲਾਂ ਹੀ ਲੋਕਾਂ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਲੋਕਾਂ ਦੀਆਂ ਦੂਰ ਹੋ ਜਾਂਦੀਆਂ ਕਿ ਇਹ ਬਿੱਲ ਸਾਡੇ ਖਿਲਾਫ ਨੀ। ਲੋਕਾਂ ਦੇ ਵਿੱਚ ਇੱਕ ਜਿਹੜਾ ਬਹੁਤ ਵੱਡਾ ਭਰਮ ਫੈਲ ਗਿਆ ਏ ਕਿ ਸਾਨੂੰ ਆਪਣੇ ਆਪ ਨੂੰ ਸਿਟੀਜ਼ਨ ਹਿੰਦੁਸਤਾਨ ਦੇ ਸਿੱਧ ਕਰਨ ਲਈ ਕੁਝ ਡਾਕੂਮੈਂਟਸ ਦੇਣੇ ਪੈਣਗੇ ਔਰ ਉਹ ਡਾਕੂਮੈਂਟਸ ਜੇ ਅਸੀਂ ਨਾ ਦੇ ਸਕੇ ਤੇ ਸਾਨੂੰ ਜਿਹੜਾ ਏ ਇਸ ਦੇਸ਼ ਦੇ ਵਿੱਚੋਂ ਰਿਫਿਊਜੀ ਬਣਾ ਦਿੱਤਾ ਜਾਏਗਾ ਔਰ ਉਹ ਜਿਹੜਾ ਭਰਮ ਭੁਲੇਖਾ ਏ ਉਹਦੇ ਤੋਂ ਸਭ ਤੋਂ ਵੱਧ ਚਿੰਤਾ ਧੁਰ ਜਿਹੜਾ ਉਹ ਵਿਦਿਆਰਥੀ ਵਰਗ ਨੌਜਵਾਨ ਵਰਗ ਹੈ ਕਿ ਜੇ ਕਿਤੇ ਸਾਨੂੰ ਇਹਨਾਂ ਨੇ ਇਹ ਸਿੱਧ ਕਰ ਦਿੱਤਾ ਕਿ ਤੁਸੀਂ ਹਿੰਦੁਸਤਾਨ ਦੇ ਜਿਹੜੇ ਸ਼ਹਿਰੀ ਨਹੀਂ ਹੈਗੇ ਇੱਥੋਂ ਦੇ ਸਿਟੀਜ਼ਨ ਹੀ ਨਹੀਂ ਹੈਗੇ ਤੇ ਅਸੀਂ ਜਾਵਾਂਗੇ ਕਿੱਥੇ, ਜਿਹਦੇ ਕਰਕੇ ਮੁਸਲਿਮ ਕਮਿਊਨਿਟੀ ਤੇ ਹੋਰ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਮਨਾਂ ਦੇ ਵਿੱਚ ਇਹ ਜਿਹੜਾ ਇਹ ਭਰਮ ਪੈਦਾ ਹੋ ਗਿਆ ਏ ਕਿ ਅਸੀਂ ਆਪਣੇ ਆਪ ਨੂੰ ਹਿੰਦੁਸਤਾਨ ਦੇ ਜੋ ਰਜਿਸਟਰ ਸਾਰੇ ਹਿੰਦੁਸਤਾਨ ਦੇ ਵਿੱਚ ਲਾਗੂ ਹੋ ਗਿਆ ਤੇ ਉਹਨੂੰ ਅਸੀਂ ਕਿਵੇਂ ਸਿੱਧ ਕਰਾਂਗੇ ਕਿ ਅਸੀਂ ਹਿੰਦੁਸਤਾਨੀ ਹਾਂ। ਇਹ ਜਿਹੜੀ ਚਿੰਤਾ ਏ ਇਹਦੇ ਕਰਕੇ ਉਹ ਬਹੁਤ ਜ਼ਿਆਦਾ ਜਿਹੜੇ ਆ ਉਹ ਨਜ਼ਾਰੇ ਤੇ ਨਜ਼ਾਰਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਫਿਰ ਜਿਹੜੇ ਗੁੰਡਾ ਅਨਸਰ ਹੁੰਦੇ ਨੇ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਉਹ ਕਦੀ ਵੀ ਕਿਸੇ ਵੀ ਹਿੰਦੁਸਤਾਨ ਦੀ ਕਿਸੇ ਵੀ ਐਜੂਕੇਸ਼ਨ ਨੂੰ ਉਹਨਾਂ ਨੇ ਅੱਜ ਤੱਕ ਸ਼ਾਂਤ ਲਈ ਨਹੀਂ ਰਹਿਣ ਦਿੱਤਾ ਔਰ ਕਈ ਵਾਰ ਤੇ ਉਹਨਾਂ ਐਜੂਕੇਸ਼ਨਾਂ ਨੂੰ ਖਤਮ ਕਰਨ ਲਈ ਸਰਕਾਰਾਂ ਦੇ ਆਪਣੇ ਬੰਦੇ ਵੀ ਵਿੱਚ ਹੁੰਦੇ ਆ ਜਿਹੜੇ ਅਜਿਹੀਆਂ ਕਾਰਵਾਈਆਂ ਕਰਦੇ ਨੇ ਤਾਂ ਕਿ ਇਹ ਐਜੂਕੇਸ਼ਨ ਬਦਨਾਮ ਹੋ ਜੇ ਔਰ ਬਦਨਾਮ ਹੋ ਜੇ ਤੇ ਲੋਕਾਂ ਦੇ ਵਿੱਚੋਂ ਇਹ ਖਤਮ ਹੋ ਜੇਗੀ ਤੇ ਸਰਕਾਰਾਂ ਨੂੰ ਸੁੱਖ ਦਾ ਸਾਹ ਆਏਗਾ। ਪਰ ਇਸ ਗੱਲ ਲਈ ਸਭ ਤੋਂ ਵਧੀਆ ਇਹੀ ਗੱਲ ਹੈ ਕਿ ਉਹ ਬਿੱਲ ਲੋਕਾਂ ਨੂੰ ਬਹੁਤ ਜ਼ਿਆਦਾ ਪੜ੍ਹਨ ਲਈ ਬਹੁਤ ਸਾਰੇ ਥਾਵਾਂ ਦੇ ਉੱਤੇ ਭੇਜਿਆ ਜਾਣਾ ਚਾਹੀਦਾ ਹੈ, ਲੋਕਾਂ ਦੇ ਉਹਦੇ ਪ੍ਰਤੀ ਸੁਝਾਅ ਲੈਣੇ ਚਾਹੀਦੇ ਆ ਜਿੱਦਾਂ ਦੇ ਬਹੁ ਗਿਣਤੀ ਦੇ ਸੁਝਾਅ ਆਉਣਗੇ ਜੇ ਬਿੱਲ ਦੇ ਵਿੱਚ ਕੋਈ ਤਰਕੀਮਾਂ ਕੋਈ ਚੇਂਜਸ ਕਰਕੇ ਲੋਕਾਂ ਨੂੰ ਸੈਟਿਸਫਾਈ ਕੀਤਾ ਤੇ ਉਹ ਕਰਨਾ ਚਾਹੀਦਾ। ਬੇਸਿਕਲੀ ਪੰਜਾਬ ਦੇ ਵਿੱਚ ਤਾਂ ਨਹੀਂ, ਅਦਰ ਨਾਰਥ ਇੰਡੀਆ ਦੇ ਵਿੱਚ ਨਹੀਂ ਕਿਉਂਕਿ ਜ਼ਿਆਦਾ
ਜਿਹੜੀਆਂ ਦੂਸਰੀਆਂ ਸਟੇਟਸ ਨੇ ਉਹਨਾਂ ਦੇ ਲੋਕਾਂ ਦੇ ਔਰ ਮੁਸਲਿਮ ਕਮਿਊਨਿਟੀ ਦੇ ਮਨ ਦੇ ਵਿੱਚ ਇਹ ਜਿਹੜੇ ਤੌਖਲੇ ਆ ਇਹ ਹੋ ਸਕਦਾ ਜੇ ਅਸੀਂ ਉਹ ਪ੍ਰੂਫ ਨਾ ਦੇ ਸਕੇ ਤੇ ਸਾਨੂੰ ਹਿੰਦੁਸਤਾਨ ਤੋਂ ਕਿਤੇ ਬਾਹਰ ਦਾ ਰਸਤਾ ਨਾ ਦਿਖਾ ਦੇਣ ਜੀ ਇਸ ਲਈ ਉਹ ਐਜੂਕੇਸ਼ਨ ਜਿਹੜੀ ਆ ਦਿਨੋ ਦਿਨ ਜ਼ੋਰ ਫੜ ਰਹੀ ਨਹੀਂ ਪਰ ਹੁਣ ਤੁਸੀਂ ਦੇਖੋ ਜਿਹੜਾ ਇੱਕ ਇੰਡੀਆ ਦੇ ਵਿੱਚ ਜਿਹੜਾ ਆਧਾਰ ਕਾਰਡ ਜਿਹੜਾ ਸ਼ੁਰੂ ਕੀਤਾ ਉਹ ਆਈਡੈਂਟੀਫਿਕੇਸ਼ਨ ਹੀ ਜਾਰੀ ਹੋਈ ਸੀਗੀ ਨਾ ਤੇ ਉਹ ਤਾਂ ਮੋਸਟਲੀ ਹੁਣ ਉਹ ਤੋਂ ਬਗੈਰ ਤਾਂ ਕਹਿੰਦੇ ਤੁਸੀਂ ਕੁਛ ਵੀ ਨਹੀਂ ਕਰ ਸਕਦੇ ਹੋ ਇੰਡੀਆ ਦੇ ਵਿੱਚ ਤੁਸੀਂ ਬੈਂਕ ਅਕਾਊਂਟ ਵੀ ਖੁਲਾਉਣਾ ਕੁਛ ਵੀ ਕਰਨਾ ਆਧਾਰ ਕਾਰਡ ਤਾਂ ਚਾਹੀਦਾ ਹੀ ਆ ਤੇ ਫਿਰ ਉਹ ਤਾਂ ਸਾਰਿਆਂ ਲੋਕਾਂ ਕੋਲ ਆਲਰੇਡੀ ਹੈਗਾ ਆ ਫਿਰ ਕਿਉਂ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਇੰਨਾ ਫੈਲ ਗਿਆ ਕਿ ਇਹ ਵੀ ਇੱਦਾਂ ਹੀ ਲੱਗਦਾ ਕਿ ਕਿਸੇ ਆਪੋਜੀਸ਼ਨ ਪਾਰਟੀ ਨੇ ਜਾਂ ਕਿਸੇ ਹੋਰ ਪਾਰਟੀ ਨੇ ਉਹਨਾਂ ਦੇ ਵਿੱਚ ਜਾਣ ਬੁੱਝ ਕੇ ਇਹ ਸਹਿਮ ਜਿਹੜਾ ਜ਼ਿਆਦਾ ਉਹਨਾਂ ਦੇ ਵਿੱਚ ਫੈਲਾ ਰਹੇ ਨੇ ਦੇਖੋ ਫਿਰ ਜਦੋਂ ਸਾਡੇ ਕੋਲ ਆਧਾਰ ਕਾਰਡ ਹੈਗਾ ਹੀ ਆ ਜੀ ਆਧਾਰ ਕਾਰਡ ਦਾ ਡੇਟਾਬੇਸ ਦੇ ਉੱਤੋਂ ਸਾਨੂੰ ਇਹੋ ਜਿਹਾ ਕਾਨੂੰਨ ਲਿਆਉਣ ਦੀ ਲੋੜ ਹੀ ਨਹੀਂ ਸੀ ਜੀ ਜਿਹਦੇ ਵਿੱਚ ਸਾਨੂੰ ਆਪਣੀ ਆਈਡੈਂਟੀ ਐਸਟੈਬਲਿਸ਼ ਬਲਕਿ ਜਿਹੜਾ ਉਹਦਾ ਆਧਾਰ ਕਾਰਡ ਦਾ ਡਾਟਾਬੇਸ ਹੈ ਉਹਨੂੰ ਇੰਨਾ ਸਟਰੋਂਗ ਕਰਦੇ ਸੀ ਪਰ ਇੱਥੇ ਇੱਕ ਬੰਦਾ ਦੋ ਆਧਾਰ ਕਾਰਡ ਜਦੋਂ ਮਰਜ਼ੀ ਬਣਾ ਸਕਦਾ ਕੋਈ ਔਖਾ ਨਹੀਂ ਹੈਗਾ ਇੱਥੇ ਬਣਾਉਣਾ ਕਿਉਂਕਿ ਡਾਟਾਬੇਸ ਜਿਹੜਾ ਉਹ ਇੰਨਾ ਸਟਰੋਂਗ ਹੈ ਹੀ ਨਹੀਂ ਗਾ ਉਹਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਨੇ ਲੋਕਾਂ ਦੇ ਡਾਟਾ ਜਿਹੜਾ ਆਧਾਰ ਕਾਰਡ ਆ ਉਹਦੇ ਵਿੱਚ ਨਾਵਾਂ ਦੇ ਸਪੈਲਿੰਗ ਗਲਤ ਆ ਰਹੇ ਨੇ ਕਿਸੇ ਦਾ ਮਾਂ ਦਾ ਨਾਂ ਗਲਤ ਆ ਰਿਹਾ ਕਿਸੇ ਦੇ ਪਿਓ ਦਾ ਨਾਂ ਗਲਤ ਆ ਰਿਹਾ ਕਿਸੇ ਦਾ ਐਡਰੈਸ ਗਲਤ ਆ ਰਿਹਾ ਜੋ ਤੁਸੀਂ ਭਰਦੇ ਹੋ ਉਹ ਆਉਂਦਾ ਹੀ ਨਹੀਂ ਫਾਰਮ ਤੇ ਇਸ ਕਰਕੇ ਵਧੀਆ ਤਾਂ ਗੱਲ ਤੁਹਾਡੇ ਵਾਲੀ ਇਹੀ ਹੈ ਕਿ ਜਿਹੜਾ ਆਧਾਰ ਕਾਰਡ ਸੀ ਜਿਵੇਂ ਤੁਹਾਡੇ ਇੱਕ ਜਨੀਕ ਨੰਬਰ ਮਿਲਦਾ ਹੈ ਕੈਨੇਡਾ ਵਿੱਚ ਉਦਾਂ ਦਾ ਸਟਰੋਂਗ ਡਾਟਾਬੇਸ ਹੁੰਦਾ ਕਿ ਉਹ ਕਿਸੇ ਦਾ ਡੁਪਲੀਕੇਟ ਬਣ ਹੀ ਨਾ ਸਕਦਾ ਔਰ ਲੋਕਾਂ ਦੀ ਉਹਨੂੰ ਸਿਟੀਜਨਸ਼ਿਪ ਦੇ ਤੌਰ ਤੇ ਮੰਨ ਲਿਆ ਜਾਂਦਾ ਪਰ ਹਿੰਦੁਸਤਾਨ ਦੇ ਵਿੱਚ ਕਈ ਡਾਕੂਮੈਂਟਸ ਚੱਲਦੇ ਨੇ ਇੱਥੇ ਪਾਸਪੋਰਟ ਨੂੰ ਨਹੀਂ ਮੰਨਦੇ ਪੂਰਾ ਤੁਹਾਡੇ ਪਾਸਪੋਰਟ ਨੂੰ ਬਹੁਤ ਵੱਡਾ ਇੱਕ ਆਧਾਰ ਮੰਨਿਆ ਜਾਂਦਾ ਹੈ ਕਿ ਤੁਹਾਡਾ ਬਹੁਤ ਅੱਛਾ ਡਾਕੂਮੈਂਟ ਹੈ ਗਵਰਨਮੈਂਟ ਇਸ਼ੂਡ ਕੋਈ ਵੀ ਡਰਾਈਵਰ ਲਾਇਸੈਂਸ ਹੈਗਾ ਸੋਸ਼ਲ ਇੰਸ਼ੋਰੈਂਸ ਨੰਬਰ ਹੈਗਾ ਉਹ ਸਾਰੇ ਤੁਹਾਡੀਆਂ ਆਈਡੀਜ਼ ਆ ਤੋ ਇਸ ਕਰਕੇ ਇੱਥੇ ਜਿਹੜਾ ਉਸ ਨੂੰ ਸਟਰੋਂਗ ਕਰਨ ਦੀ ਬਜਾਏ ਉਸ ਨੂੰ ਠੀਕ ਕਰਨ ਦੀ ਬਜਾਏ ਜੇ ਸਿਸਟਮ ਦੇ ਵਿੱਚ ਕੋਈ ਤਰੁੱਟੀਆਂ ਨੇ ਉਹਨਾਂ ਨੂੰ ਦੂਰ ਕਰਨ ਦੀ ਬਜਾਏ ਰਾਜਨੀਤਿਕ ਲੋਕ ਇਹੋ ਜਿਹੀਆਂ ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਇੱਥੇ ਉਹ ਇਹੋ ਜਿਹੀਆਂ ਚੀਜ਼ਾਂ ਛੇੜਦੀਆਂ ਨੇ ਤੇ ਜਿਨ੍ਹਾਂ ਨਾਲ ਉਹਨਾਂ ਦਾ ਵੋਟ ਬੈਂਕ ਪੱਕਾ ਹੋਏ ਵੋਟ ਬੈਂਕ ਪੱਕਾ ਕਰਨ ਲਈ ਇੱਥੋਂ ਦੇ ਰਾਜਨੀਤਿਕ ਲੋਕ ਕੁਛ ਵੀ ਕਰ ਸਕਦੇ ਹਨ ਜਿਹਦਾ ਨਾਲ ਇਹਨਾਂ ਨੂੰ ਦੇਸ਼ ਦੀ ਸੁਰੱਖਿਆ ਨਾਲ ਦੇਸ਼ ਦੀ ਅਖੰਡਤਾ ਨਾਲ ਦੇਸ਼ ਨਾਲ ਕੋਈ ਪਿਆਰ ਨਹੀਂ ਹੈਗਾ ਉਹਨਾਂ ਨੂੰ ਸਿਰਫ ਤੇ ਸਿਰਫ ਇੱਥੋਂ ਦੀਆਂ ਰਾਜਨੀਤਿਕ ਲੋਕਾਂ ਨੂੰ ਆਪਣੀ ਰਾਜਨੀਤੀ ਨਾਲ ਹੀ ਸੰਬੰਧ ਹੈ ਤੇ ਕਿਵੇਂ ਉਹਨਾਂ ਦੀ ਰਾਜਨੀਤੀ ਚਮਕਦੀ ਹੈ ਜੀ ਔਰ ਜੇ ਤੁਸੀਂ ਦੇਖੋ ਵੀ ਮੈਂ ਉਹ ਜਿਹੜਾ ਬਿੱਲ ਆਇਆ ਵੀ ਹੈਗਾ ਜਿਹੜਾ ਅਮੈਂਡਮੈਂਟ ਦਾ ਬਿੱਲ ਆਇਆ ਸਿਟੀਜ਼ਨਸ਼ਿਪ ਦਾ ਜਿਹਨੂੰ ਕੈਬ ਕਹਿੰਦੇ ਨੇ ਉਹ ਮੈਂ ਵੀ ਪੜਿਆ ਹੈਗਾ ਤੇ ਪਰ ਉਹਦੇ ਵਿੱਚ ਕਿਤੇ ਵੀ ਉਹਨਾਂ ਨੇ ਇੱਦਾਂ ਦਾ ਕੁਛ ਵੀ ਨਹੀਂ ਲਿਖਿਆ ਹੈਗਾ ਜਿਹਦੇ ਕਰਕੇ ਆ ਜਿਹੜੀਆਂ ਐਜੂਟੇਸ਼ਨਸ ਹੋ ਰਹੀਆਂ ਉਹਨਾਂ ਦੀ ਜ਼ਰੂਰਤ ਹੋਵੇ ਸਿੰਪਲ ਮੀਨਿੰਗ ਦੇ ਵਿੱਚ ਉਹਨਾਂ ਨੇ ਸਿੰਪਲ ਵਰਡਸ ਦੇ ਵਿੱਚ ਲਿਖਿਆ ਕਿ ਜਿੱਥੇ ਮੈਜੋਰਟੀਜ਼ ਹੈਗੀ ਆ ਜੇ ਹੁਣ ਮੁਸਲਿਮਸ ਨੂੰ ਉਹਨਾਂ ਨੇ ਐਕਸਕਲੂਡ ਵੀ ਕੀਤਾ ਉਹਦੇ ਵਿੱਚ ਵੀ ਉਹਨਾਂ ਨੇ ਕਲੀਅਰਲੀ ਲਿਖਿਆ ਕਿ ਜਿਹੜੀਆਂ ਇਹ ਤਿੰਨ ਜਿਹੜੀਆਂ ਨੇਬਰਿੰਗ ਕੰਟਰੀਜ਼ ਆ ਆਪਣੇ ਅਫਗਾਨਿਸਤਾਨ ਪਾਕਿਸਤਾਨ ਤੇ ਬੰਗਲਾਦੇਸ਼ ਉਹਨਾਂ ਦੇ ਵਿੱਚੋਂ ਜੇ ਮੁਸਲਿਮਸ ਆਉਂਦੇ ਨੇ ਕਿਉਂਕਿ ਮੁਸਲਿਮਸ ਤਾਂ ਉੱਥੇ ਮੈਜੋਰਟੀ ਚ ਆਲਰੇਡੀ ਹੈਗੇ ਆ ਤੇ ਉਹਨਾਂ ਉੱਥੋਂ ਉਹ ਕੋਈ ਵੀ ਜਿਹੜੇ ਮੈਜੋਰਟੀ ਚ ਆ ਉਹਨਾਂ ਨੂੰ ਜਿਹੜੀ ਮਾਈਨੋਰਟੀਜ਼ ਆ ਉਹ ਤਾਂ ਤੰਗ ਕਰਨ ਰਹੀ ਤੇ ਜੋ ਇਸ ਗਰਾਊਂਡ ਤੇ ਆ ਰਹੇ ਨੇ ਇੱਥੇ ਰਿਫਿਊਜੀਜ਼ ਉਹ ਤਾਂ ਫਿਰ ਵੈਸੇ ਹੀ ਫਰਾਡ ਹੋ ਗਿਆ ਰਹੇ ਕਿ ਉਹਨਾਂ ਨੂੰ ਕਿਸੇ ਨੇ ਕੀਤਾ ਹੀ ਨਹੀਂ ਤੇ ਆ ਗਏ ਤੇ ਫਿਰ ਉਹਦੇ ਵਿੱਚ ਇੰਨੀ ਗੂਗੂ ਗਾਗਾ ਕਿਉਂ ਹੋਗੀ ਕਿਉਂ ਲੋਕਾਂ ਨੂੰ ਜਾਂ ਤਾਂ ਜਿਹੜੀ ਰੂਲਿੰਗ ਪਾਰਟੀ ਆ ਉਹ ਸਮਝਾ ਨਹੀਂ ਸਕੇ ਜਿੱਦਾਂ ਤੁਸੀਂ ਕਿਹਾ ਲੋਕਾਂ ਨੂੰ ਦੱਸ ਨਹੀਂ ਸਕੇ ਉਹਨਾਂ ਨੂੰ ਠੀਕ ਕਿ ਇਸ ਬਿੱਲ ਦੇ ਵਿੱਚ ਮੀਨਿੰਗ ਕੀ ਹੈਗਾ ਆ ਕਿਉਂ ਜਿਹੜੇ ਉੱਥੇ ਦੇ ਸਿਟੀਜ਼ਨਸ ਆਲਰੇਡੀ ਜਿਹੜੇ ਮੁਸਲਿਮ ਸਿਟੀਜ਼ਨਸ ਨੇ ਉਹ ਕਿਉਂ ਇੰਨਾ ਜ਼ਿਆਦਾ ਅਗੇਂਸਟ ਹੋ ਗਏ ਮੇਰਾ ਤੇ ਇੱਕੋ ਬੇਨਤੀ ਆ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਮੇਰਾ ਦੇਸ਼ ਭਾਰਤ ਆ ਇੱਥੇ ਕੋਈ ਵੀ ਕਾਨੂੰਨ ਬਣਾਉਣ ਲੱਗਿਆ ਲੋਕਾਂ ਦੀ ਸਹਿਮਤੀ ਨਹੀਂ ਲਈ ਜਾਂਦੀ ਜੀ ਔਰ ਜਦੋਂ ਲੋਕਾਂ ਦੀ ਸਹਿਮਤੀ ਨਹੀਂ ਲਈ ਜਾਂਦੀ ਫਿਰ ਉਹਦੇ ਵਿੱਚ ਕੋਈ ਭਰਮ ਭੁਲੇਖੇ ਪਾਉਣ ਜਾਂ ਆਪਣੇ ਆਪ ਵੀ ਲੋਕਾਂ ਦੇ ਮਨਾਂ ਦੇ ਵਿੱਚ ਭਰਮ ਭੁਲੇਖੇ ਪੈਦਾ ਹੋ ਜਾਣੇ ਉਹ ਕੋਈ ਔਖੀ ਗੱਲ ਨਹੀਂ ਹੈਗੀ ਇਸ ਕਰਕੇ ਜੇ ਕਾਨੂੰਨ ਬਣਾਉਣ ਲੱਗਿਆ ਲੋਕਾਂ ਦੀ ਜਿਹੜੀ ਆ ਉਹ ਸ਼ਮੂਲੀਅਤ ਵਿੱਚ ਕੀਤੀ ਜਾਏ ਲੋਕਾਂ ਨੂੰ ਡਰਾਫਟ ਭੇਜੇ ਜਾਣ ਉਹਦੇ ਉੱਤੇ ਉਹਨਾਂ ਦੀ ਰਾਏ ਲੈ ਲਈ ਜਾਏ ਰਾਏ ਲੈ ਕੇ ਕਾਨੂੰਨ ਦੇ ਵਿੱਚ ਜੇ ਕੋਈ ਸੋਧਾਂ ਪੈਦਾ ਕਰਨੀਆਂ ਨੇ ਜਾਂ ਉੱਦਾਂ ਦਾ ਉੱਦਾਂ ਹੀ ਲਾਗੂ ਕਰਨਾ ਹੈ ਲੋਕਾਂ ਨੂੰ ਨਾਲ ਜੋੜ ਕੇ ਜੇ ਇਹ ਲਾਗੂ ਕੀਤਾ ਜਾਵੇ ਤੇ ਫਿਰ ਲੋਕ ਜਿਹੜੇ ਆ ਉਹਦਾ ਸਮਰਥਨ ਕਰਨਗੇ ਜੇ ਲੋਕਾਂ ਦੀ ਭਾਗੇਦਾਰੀ ਨੀ ਉਹਦੇ ਵਿੱਚ ਹੈਗੀ ਕੈਬ ਦੇ ਆਉਣ ਤੱਕ ਜਿਹੜਾ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਕੈਬ ਆ ਰਿਹਾ ਹੈ ਤੇ ਉਦਣ ਹੀ ਪਤਾ ਲੱਗਾ ਜਿੱਦਾਂ ਪਾਰਲੀਮੈਂਟ ਦੇ ਵਿੱਚ ਪੇਸ਼ ਹੋਇਆ ਤੇ ਰਾਜਨੀਤਿਕ ਲੋਕਾਂ ਨੇ ਉਹ ਪਾਰਲੀਮੈਂਟ ਦੇ ਵਿੱਚ ਹੀ ਉਹਦਾ ਹੱਕ ਦੇ ਵਿੱਚ ਜਾਂ ਵਿਰੋਧ ਵਿੱਚ ਭੁਗਤੇ
ਜਦੋਂ ਵਿਰੋਧ ਚ ਭੁਗਤੇ ਤੇ ਹਿੰਦੁਸਤਾਨ ਜਿਹੜਾ ਹੈ ਉਹਦੇ ਵਿਚ ਬਹੁਤ ਸਾਰਾ ਜਿਹੜਾ ਸਹਿਮ ਆ ਉਹ ਪੈਦਾ ਹੋ ਗਿਆ, ਸਪੈਸ਼ਲੀ ਮਿਨੋਰਟੀਜ਼ ਦੇ ਵਿਚ ਪੈਦਾ ਹੋ ਗਿਆ ਔਰ ਉਹ ਜਿਹੜਾ ਸਹਿਮ ਆ ਉਹਦੇ ਵਿਚੋਂ ਹੀ ਜਿਹੜੀ ਰਾਜਨੀਤਿਕ ਜਿਹੜੀ ਐਜੂਕੇਸ਼ਨ ਆ ਉਹ ਨਿਕਲੀ ਹੈ। ਜੇ ਲੋਕਾਂ ਦੇ ਤੌਖਲੇ ਹਾਲੀ ਵੀ ਦੂਰ ਕਰ ਦਿੱਤੇ ਜਾਣ, ਇਹਦੇ ਵਿਚ ਲੋਕਾਂ ਦੇ ਵਿਚ ਜਾਇਆ ਜਾਏ, ਲੋਕਾਂ ਨੂੰ ਸਮਝਾਇਆ ਜਾਏ ਕਿ ਇਸ ਬਿੱਲ ਦੇ ਵਿਚ ਕੁਛ ਵੀ ਤੁਹਾਡੇ ਅਗੇਂਸਟ ਨਹੀਂ ਗਾ, ਤੇ ਜਿਹੜੀ ਇਹ ਜਿਹੜੀ ਐਜੂਕੇਸ਼ਨ ਚੱਲ ਰਹੀ ਹੈ ਇਹ ਐਜੂਕੇਸ਼ਨ ਬੰਦ ਹੋ ਜਾਏ। ਜੀ ਬਿਲਕੁਲ, ਕਿਉਂਕਿ ਬਿਨ ਅਪਡੇਟ ਕੁਛ ਇੱਕ ਲੀਡਰਸ ਤੁਸੀਂ ਦੇਖਿਆ ਕਿ ਜਿਹੜੇ ਉਦਾਂ ਹੀ ਚੁੱਕੇ ਕਰਕੇ ਜਾ ਕੇ ਧਰਨੇ ਲਾਣੇ ਸ਼ੁਰੂ ਹੋ ਜਾਂਦੇ ਆ, ਔਰ ਉਹ ਪਹਿਲਾਂ ਐਟਲੀਸਟ ਬਿੱਲ ਨੂੰ ਸਮਝਣ ਤਾਂ ਸਹੀ, ਉਹਨੂੰ ਪੜ੍ਹਨ ਤਾਂ ਸਹੀ, ਉਸ ਤੋਂ ਬਾਅਦ ਦੇ ਵਿਚ ਸਗੋਂ ਆਪਣੇ ਲੋਕਾਂ ਦੇ ਵਿਚ ਉਹਨਾਂ ਨੂੰ ਚਾਹੀਦਾ ਹੈਗਾ ਕਿ ਉਹਨਾਂ ਨੂੰ ਐਕਸਪਲੇਨ ਕਰਨ ਕਿ ਆਹ ਜਿਹੜਾ ਆ ਇਹ ਤੁਹਾਡੇ ਅਗੇਂਸਟ ਨਹੀਂ ਹੈਗਾ, ਇਸ ਰੀਜ਼ਨਸ ਕਰਕੇ ਹੈਗਾ। ਇਹੀ ਤਾਂ ਗੱਲ ਹੈ, ਇਹੀ ਤਾਂ ਮੈਂ ਬੇਨਤੀ ਕਰ ਰਿਹਾ ਕਿ ਜਦੋਂ ਲੋਕਾਂ ਦੀ ਉਹਦੇ ਵਿਚ ਭਾਗੇਦਾਰੀ ਬਣ ਜਾਏਗੀ, ਲੋਕ ਉਹਦੇ ਵਿਚ ਸ਼ਾਮਲ ਹੋ ਜਾਣਗੇ, ਜਦੋਂ ਉਸ ਚੀਜ਼ ਨੂੰ ਸਵੀਕਾਰ ਕਰਨ ਦਾ ਨਾ ਸਵੀਕਾਰ ਕਰਨ ਦੇ ਰੀਜ਼ਨ ਲੋਕਾਂ ਨੂੰ ਦੱਸ ਦਿੱਤੇ ਜਾਣਗੇ ਤੇ ਫਿਰ ਐਜੂਕੇਸ਼ਨ ਹੋਊਗੀ। ਇੱਥੇ ਤਾਂ ਚੁੱਪ ਚੁਪੀਤੇ ਬਿੱਲ ਆ ਜਾਂਦੇ ਨੇ, ਚੁੱਪ ਚੁਪੀਤੇ ਕਾਨੂੰਨ ਬਣ ਜਾਂਦੇ ਨੇ, ਔਰ ਜਿਹੜੇ ਕਾਨੂੰਨ ਬਣਨੇ ਚਾਹੀਦੇ ਨੇ ਲੋਕਾਂ ਦੀ ਸੁਰੱਖਿਆ ਲਈ ਬਣਨੇ ਚਾਹੀਦੇ ਨੇ, ਉਹਨਾਂ ਕਾਨੂੰਨਾਂ ਨੂੰ ਕੋਈ ਇੰਪਲੀਮੈਂਟ ਕਰਨ ਦੇ ਨੇ। ਹਿੰਦੁਸਤਾਨ ਦੇ ਵਿਚ ਵੇਖੋ ਟ੍ਰੈਫਿਕ ਦਾ ਇੰਨਾ ਬੁਰਾ ਹਾਲ ਹੈ, ਇੰਨਾ ਜ਼ਿਆਦਾ ਵਹੀਕਲਾਂ ਨੂੰ ਲੁੱਟਣਾ, ਸੜਕਾਂ ਦੇ ਉੱਤੇ ਲੁੱਟ ਲੈਣਾ, ਓਵਰਲੋਡ ਚੱਲਣਾ, ਸਾਰਾ ਕੁਝ ਚੱਲਣਾ, ਕੋਈ ਟ੍ਰੈਫਿਕ ਰੂਲ ਇੱਥੇ ਅਬੇ ਕਰਕੇ ਰਾਜੀ ਨਹੀਂ ਹੈਗਾ, ਸੜਕਾਂ ਦੇ ਉੱਤੇ ਇੰਨੇ ਐਕਸੀਡੈਂਟ ਹੋ ਰਹੇ ਨੇ, ਕੋਈ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਅਜਿਹੀਆਂ ਚੀਜ਼ਾਂ ਦੇ ਉੱਤੇ ਜਿਹੜੇ ਬਿੱਲ ਆ ਕੇ ਲੋਕਾਂ ਨੂੰ ਸਖ਼ਤ, ਹੁਣ ਫਾਈਨ ਕਰ ਦਿੱਤੇ ਨੇ, ਇਹਨਾਂ ਨੇ ਫਾਈਨ ਵਧਾ ਦਿੱਤੇ ਨੇ ਟ੍ਰੈਫਿਕ ਦੇ, ਉਹਦੇ ਨਾਲ ਕੀ ਹੈ ਕਿ ਟ੍ਰੈਫਿਕ ਪੁਲਿਸ ਦੀ ਕਰਪਸ਼ਨ ਵੱਧ ਗਈ ਐਗਜੈਕਟਲੀ ਅੱਗੇ ਜਿਹੜਾ। ਪਰ ਉਹ ਜਿਹੜੇ ਉਹ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਬਜਾਏ ਇਹੋ ਜਿਹੇ ਵਿਵਾਦਿਤ ਕਾਨੂੰਨ ਆ ਇਹਨਾਂ ਨੂੰ ਬਣਾਉਣ ਤੋਂ ਪਹਿਲਾਂ ਹੀ ਲੋਕਾਂ ਦੇ ਵਿਚ ਲੈ ਕੇ ਜਾਣਾ ਚਾਹੀਦਾ ਕਿ ਇਸ ਤਰ੍ਹਾਂ ਦਾ ਕਾਨੂੰਨ ਬਣ ਰਿਹਾ, ਤੁਹਾਡੀ ਉਹਦੇ ਉੱਤੇ ਕੀ ਰਾਏ ਹੈ, ਜਾਂ ਉਹਦੇ ਉੱਤੇ ਲੋਕਾਂ ਦੀ ਜਿਹੜੀ ਜੇ ਵੀ ਲੋਕਾਂ ਦੇ ਉਹਦੇ ਵਿਚ ਫਾਇਦੇ ਹੋਣੇ ਨੇ ਉਹ ਲੋਕਾਂ ਨੂੰ ਦੱਸ ਦਿੱਤੇ ਜਾਣ, ਜੇ ਕੋਈ ਮੁੱਠੀ ਭਰ ਲੋਕ ਉਹਦਾ ਵਿਰੋਧ ਕਰਨਗੇ ਫਿਰ ਲੋਕ ਇਹਨਾਂ ਦਾ ਸਾਥ ਨਹੀਂ ਦੇਣਗੇ। ਪਰ ਜਦੋਂ ਲੋਕਾਂ ਦੇ ਵਿਚ ਖਦਸ਼ੇ ਨੇ, ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਉਹਦੇ ਵਿਚ ਕੀ ਹੈਗਾ, ਆਪਣੇ ਨਾਲ ਇੱਕ ਕਾਲਰ ਜੁੜ ਰਹੇ ਨੇ, ਉਹਨਾਂ ਦੀ ਕਾਲ ਲੈਣੇ ਆ। ਜੀ ਵੈਲਕਮ ਟੂ ਆਵਾਜ਼ ਇੰਟਰਨੈਸ਼ਨਲ ਪ੍ਰੋਗਰਾਮ। ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਬੋਲ ਰਿਹਾ ਸਮਰਾਲੇ ਤੋਂ, ਮੈਂ ਅੱਜ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਮੈਂ ਜੀ, ਤੇ ਜੀ ਹੈਲੋ, ਆਈ ਥਿੰਕ ਮੈਨੂੰ ਲੱਗਦਾ ਹੀਰੇ ਜੀ ਉਹਨਾਂ ਦੀ ਕਾਲ ਸ਼ਾਇਦ ਡ੍ਰੌਪ ਹੋ ਗਈ ਹੈ। ਹਾਂਜੀ ਦੁਬਾਰਾ ਕਾਲ ਕਰ ਲੈਣਗੇ ਜੀ। ਜੀ ਆਪਾਂ ਗੱਲ ਕਰ ਰਹੇ ਸੀਗੇ ਉਹੀ ਕਿ ਬਿੱਲ ਨੂੰ ਜੇ ਪਹਿਲਾਂ ਪਬਲਿਕ ਦੇ ਨਾਲ ਜਿਹੜਾ ਉਹਨਾਂ ਨੂੰ ਦੱਸ ਦਿੱਤਾ ਜਾਵੇ ਪਾਸ ਕਰਨੇ ਤੋਂ ਪਹਿਲਾਂ। ਜੀ ਇਵੇਂ ਹੈ ਜੀ ਕਿ ਇਹ ਜਿਹੜੀ ਲੋਕਾਂ ਦੀ ਦੇ ਵਿਚ ਇੱਥੇ ਹੁਣ ਹਿੰਦੁਸਤਾਨ ਦੇ ਵਿਚ ਲੋਕਾਂ ਦੀ ਸ਼ਮੂਲੀਅਤ ਕਿਸੇ ਗੱਲ ਦੇ ਵਿਚ ਰਹਿ ਗਈ ਨਹੀਂ ਗਈ, ਲੋਕਾਂ ਨੂੰ ਧਰਮ ਦੇ ਨਾਂ ਤੇ ਭੜਕਾਇਆ ਜਾ ਸਕਦਾ ਹੈ, ਲੋਕਾਂ ਨੂੰ ਜਾਤ ਦੇ ਨਾਂ ਤੇ ਭੜਕਾਇਆ ਜਾ ਸਕਦਾ ਹੈ, ਔਰ ਇਹ ਜਿਹੜਾ ਇਹ ਰਾਜਨੀਤਿਕ ਸਿਸਟਮ ਜਿਹੜਾ ਹੈ ਉਹ ਸਿਰਫ ਤੇ ਸਿਰਫ ਆਪੋ ਆਪਣੀ ਜਿਹੜੀ ਆ ਉਹ ਰਾਜਨੀਤੀ ਨੂੰ ਚੁਕਾਉਣ ਲਈ ਸਾਰਾ ਕੁਝ ਕਰ ਰਿਹਾ ਹੈ। ਇਹਦੇ ਵਿਚ ਲੋਕਾਂ ਦਾ ਭਲਾ ਹੈ ਜਾਂ ਬੁਰਾ ਹੈ ਇਹ ਲੋਕਾਂ ਨੂੰ ਬਿਲਕੁਲ ਨਹੀਂ ਦੱਸਿਆ ਜਾ ਰਿਹਾ, ਔਰ ਜਦੋਂ ਇਸ ਤਰ੍ਹਾਂ ਦੀ ਰਾਜਨੀਤੀ ਹੋਏਗੀ ਤੇ ਦੇਸ਼ ਦਾ ਤਰੱਕੀ ਕਰਨਾ, ਦੇਸ਼ ਦਾ ਚੰਗੇ ਪਾਸੇ ਤੁਰਨਾ ਜਿਹੜਾ ਹੈ ਉਹ ਬਹੁਤ ਹੀ ਉਹਦੇ ਚਾਂਸਿਸ ਘੱਟ ਨੇ। ਹਿੰਦੁਸਤਾਨ ਦੀ GDP ਜਿਹੜੀ ਆ ਉਹ ਬਹੁਤ ਨੀਚੇ ਡਿੱਗ ਰਹੀ ਹੈ, ਇੰਨੀ ਜ਼ਿਆਦਾ ਮਹਿੰਗਾਈ ਆ ਤੁਸੀਂ ਸੋਚ ਨਹੀਂ ਸਕਦੇ। ਇੱਥੇ ਹਿੰਦੁਸਤਾਨ ਵਿਚ ਮਾਮੂਲੀ ਦੀ ਇੱਕ ਵਰਤੋਂ ਵਾਲੀ ਚੀਜ਼ ਪਿਆਜ਼ ਹੈ, ਪਿਆਜ਼ ਇਸ ਵੇਲੇ 100 ਰੁਪਏ ਕਿਲੋ ਤੋਂ ਉੱਪਰ ਵਿਕ ਰਿਹਾ, ਕਈ ਸਟੇਟਾਂ ਦੇ ਵਿਚ 150 ਰੁਪਏ ਕਿਲੋ ਵੀ ਵਿਕ ਰਿਹਾ, ਪਰ ਪੰਜਾਬ ਦੇ ਵਿਚ ਇਸ ਵੇਲੇ 100 ਰੁਪਏ ਕਿਲੋ ਵਿਕ ਰਿਹਾ, ਔਰ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਜ਼ਿੰਦਗੀ ਰੋਜ਼ਾਨਾ ਨਿਰਭਰ ਹੈ ਉਹ ਬਹੁਤ ਜ਼ਿਆਦਾ ਉੱਚ ਮਹਿੰਗਾਈ ਵੱਲ ਵੱਧ ਰਹੀਆਂ ਨੇ, ਔਰ ਲੋਕਾਂ ਦਾ ਜੀਵਨ ਪੱਧਰ ਜਿਹੜਾ ਹੈ ਉਹ ਡਿੱਗ ਰਿਹਾ ਹੈ। ਇਸੇ ਕਰਕੇ ਹੀ ਜਿਹੜਾ ਜਿੱਥੋਂ ਆਪਾਂ ਸਵਾਲ ਕੀਤਾ ਸੀ ਕਿ ਲੋਕ ਜਿਹੜੇ ਆ ਹਿੰਦੁਸਤਾਨ ਨੂੰ ਛੱਡ ਕੇ ਦੂਸਰੇ ਦੇਸ਼ਾਂ ਵਿਚ ਵਸਣ ਨੂੰ ਜਿਹੜੀ ਆ ਉਹ ਤਰਜੀਹ ਦੇ ਰਹੇ ਨੇ, ਕਿਉਂਕਿ ਇੱਥੇ ਲੋਕਾਂ ਨੂੰ ਹੁਣ ਆਪਣਾ ਭਵਿੱਖ ਜਿਹੜਾ ਵੀ ਤੇ ਸਭ ਤੋਂ ਵੱਧ ਪੰਜਾਬੀ ਆਪਣੇ ਪੰਜਾਬ ਤੇ ਮਾਣ ਕਰਦੇ ਸੀ, ਅੱਜ ਉਹ ਸਾਰੀਆਂ ਗੱਲਾਂ ਭੁੱਲ ਕੇ ਕਿਸੇ ਤਰੀਕੇ ਵੀ ਉਹ ਲੋਕ ਕਾਨੂੰਨੀ ਗੈਰ ਕਾਨੂੰਨੀ ਤੌਰ ਦੇ ਉੱਤੇ ਕਿਸੇ ਤਰੀਕੇ ਨਾਲ ਵੀ ਪੰਜਾਬ ਨੂੰ ਛੱਡ ਕੇ ਭੱਜਣ ਲਈ ਤਿਆਰ ਨੇ। ਜੀ ਜੀ
ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ, ਕਿਉਂਕਿ ਇੱਥੇ ਵੀ ਜਦੋਂ ਹੁਣ ਜਿਹੜੇ ਸਟੂਡੈਂਟਸ ਆਉਂਦੇ ਨੇ ਇੱਥੇ ਆ ਕੇ ਵੀ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਜਿਹੜੀਆਂ ਸਾਹਮਣੇ ਕਰਨੀਆਂ ਪੈਂਦੀਆਂ। ਆਪਾਂ ਇਹਦੇ ਬਾਰੇ ਵੀ ਇੱਕ ਦਿਨ ਕਿਸੇ ਦਿਨ ਇਸਦੇ ਬਾਰੇ ਵੀ ਸ਼ੋਅ ਕਰਾਂਗੇ ਕਿ ਇੱਥੇ ਆ ਕੇ ਆਉਣੇ ਤੋਂ ਪਹਿਲਾਂ ਸਟੂਡੈਂਟਸ ਜਿਹੜੇ ਆਉਂਦੇ ਆ, ਸਪੈਸੀਫਿਕਲੀ ਯੂਥ ਦੀ ਗੱਲ ਕਰਦੇ ਆ, ਕਿ ਜਦੋਂ ਉਹ ਆਉਂਦੇ ਨੇ ਤੇ ਉਨ੍ਹਾਂ ਨੂੰ ਕੀ ਉਥੋਂ ਤਿਆਰੀ ਕਰਕੇ ਆਉਣਾ ਚਾਹੀਦਾ, ਕਿਉਂਕਿ ਹੁਣ ਅੱਜ ਜਿਹੜਾ ਸਮਾਂ ਸਾਨੂੰ ਅੱਗੇ ਕੰਟੀਨਿਊ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ, ਔਰ ਤੁਸੀਂ ਬਹੁਤ ਵਧੀਆ ਜਾਣਕਾਰੀ ਜਿਹੜੀ ਸਾਡੇ ਸਰੋਤਿਆਂ ਨੂੰ ਦਿੱਤੀ। ਤੁਹਾਡਾ ਵੀ ਤੇ ਤੁਹਾਡੇ ਜਿਹੜੇ ਲਿਸਨਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਤੇ ਤੁਸੀਂ ਜਿਹੜਾ ਮੈਨੂੰ ਇਸ ਪ੍ਰੋਗਰਾਮ ਵਿਚ ਆਪਣੀ ਗੱਲਬਾਤ ਰੱਖਣ ਦਾ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਜੀ। ਯੂਅਰ ਵੈਲਕਮ, ਥੈਂਕ ਯੂ ਸੋ ਮਚ ਜੀ, ਸਤਿ ਸ੍ਰੀ ਅਕਾਲ ਜੀ। ਦੋਸਤੋ, ਸੋ ਇਹ ਸੀਗੇ ਹੀਰਾ ਸਿੰਘ ਹੰਸਪਾਲ ਜੀ, ਜੋ ਕਿ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ ਅੰਮ੍ਰਿਤਸਰ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਹਦੇ ਵਿਚ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਜਿਹੜੇ ਹੈਡ ਆ, ਔਰ ਇਨ੍ਹਾਂ ਨੇ ਬਹੁਤ ਵਧੀਆ ਜਾਣਕਾਰੀ ਸਾਨੂੰ ਦਿੱਤੀ, ਔਰ ਕਾਫੀ ਗੱਲਾਂ ਜਿਹੜੇ, ਕਿਉਂਕਿ ਬਹੁਤ ਵਾਰੀ ਅਸੀਂ ਇਹੀ ਸੋਚਦੇ ਰਹਿੰਦੇ ਹਾਂ ਕਿ ਕਿਉਂ ਸਾਰੇ ਦੇ ਸਾਰੇ ਸਟੂਡੈਂਟਸ ਜਿਹੜੇ ਆ ਉਹ ਬਾਹਰ ਨਿਕਲ ਰਹੇ ਨੇ, ਕਿਉਂ ਉਹ ਇਸ ਤਰ੍ਹਾਂ ਕਰ ਰਹੇ ਨੇ, ਕਿ ਕਿਉਂ ਨਹੀਂ ਆਪਣੀ ਕੰਟਰੀ ਦੇ ਵਿਚ ਹੀ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰਦੇ। ਸੋ ਬਹੁਤ ਵਧੀਆ ਜਾਣਕਾਰੀ ਉਨ੍ਹਾਂ ਲੋਕਾਂ ਲਈ ਜਿਹੜੇ ਇੰਡੀਆ ਤੋਂ ਬਾਹਰ ਇਸ ਵਕਤ ਰਹਿ ਰਹੇ ਨੇ, ਔਰ ਹਮੇਸ਼ਾ ਵੰਡਰ ਕਰਦੇ ਨੇ ਕਿ ਕਿਉਂ ਇੰਨੇ ਸਟੂਡੈਂਟਸ ਜਿਹੜੇ ਆ ਉਹ ਇੰਟਰਨੈਸ਼ਨਲ ਬਣ ਕੇ ਬਾਕੀ ਕੰਟਰੀਜ਼ ਦੇ ਵਿਚ ਜਾ ਰਹੇ ਨੇ, ਜਿੱਥੇ ਕਿ ਉਨ੍ਹਾਂ ਨੂੰ ਪੜ੍ਹਾਈ ਵੀ ਮਹਿੰਗੀ ਪੈਂਦੀ ਆ, ਰਹਿਣਾ ਵੀ ਔਖਾ ਲੱਗਦਾ ਆ, ਬਹੁਤ ਸਾਰੀਆਂ ਪ੍ਰੋਬਲਮਸ ਵੀ ਆਉਂਦੀਆਂ ਨੇ, ਫੇਰ ਵੀ ਉਹ ਜਿਹੜੀ ਆ ਕੋਸ਼ਿਸ਼ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ। ਸੋ ਦੋਸਤੋ, ਅੱਜ ਦੇ ਲਈ ਇੰਨਾ ਹੀ। ਅੱਜ ਦਾ ਐਪੀਸੋਡ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਉਹਦੇ ਬਾਰੇ ਤੁਸੀਂ ਮੈਨੂੰ ਆਪਣੇ ਸੁਝਾਅ ਭੇਜ ਸਕਦੇ ਹੋ। ਤੁਸੀਂ ਫੇਸਬੁੱਕ ਦਾ ਪੇਜ ਜਿਹੜਾ ਆ ਆਵਾਜ਼ ਇੰਟਰਨੈਸ਼ਨਲ, AWAZ ਇੰਟਰਨੈਸ਼ਨਲ, ਉਹਦੇ ਤੇ ਮੈਸੇਜ ਕਰ ਸਕਦੇ ਹੋ, ਜਾਂ ਫਿਰ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ 4165432078। ਤੇ ਦੋਸਤੋ, ਇੱਥੇ ਨਾਰਥ ਅਮਰੀਕਾ ਦੇ ਵਿਚ ਹੁਣ ਛੁੱਟੀਆਂ ਚੱਲ ਰਹੀਆਂ ਨੇ, ਕ੍ਰਿਸਮਸ ਦੀਆਂ ਛੁੱਟੀਆਂ ਹੋ ਗਈਆਂ ਆ, ਉਸ ਤੋਂ ਬਾਅਦ ਨਿਊ ਈਅਰ ਆਉਣਾ ਆ, ਐਵਰੀ ਡੇ ਪਾਰਟੀਜ਼ ਹੋਣੀਆਂ, ਸੋ ਖੂਬ ਇੰਜੋਏ ਕਰੋ ਆਪਣੀ ਫੈਮਿਲੀ ਤੇ ਫਰੈਂਡਸ ਦੇ ਨਾਲ, ਬਟ ਜਸਟ ਰਿਮੈਂਬਰ ਡਰਿੰਕ ਕਰਕੇ ਡਰਾਈਵ ਨਹੀਂ ਕਰਨਾ। ਪਾਰਟੀਜ਼ ਤੇ ਜਾਣ ਤੋਂ ਪਹਿਲਾਂ ਹੀ ਤੁਸੀਂ ਇੱਕ ਡੈਜ਼ਿਗਨੇਟਿਡ ਡਰਾਈਵਰ ਜਿਹੜਾ ਉਹਨੂੰ ਜ਼ਰੂਰ ਚੁਣ ਲਓ, ਜੇ ਨਹੀਂ ਪੋਸੀਬਲ ਤਾਂ ਉਬਰ ਕਾਲ ਕਰ ਲਓ, ਟੈਕਸੀ ਸਰਵਿਸਿਜ਼ ਕਾਲ ਕਰ ਲਓ, ਜਾਂ ਜੇ ਟ੍ਰਾਂਜ਼ਿਟ ਬੱਸਿਸ ਅਵੇਲੇਬਲ ਹੁੰਦੀਆਂ ਲੇਟ ਨਾਈਟ ਤੱਕ, ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਸੋ ਦੋਸਤੋ, ਹੈਪੀ ਹੋਲੀਡੇਜ਼ ਐਂਡ ਆਲਸੋ ਮੈਰੀ ਕ੍ਰਿਸਮਸ ਐਜ਼ ਵੈਲ, ਕ੍ਰਿਸਮਸ ਇਜ਼ ਜਸਟ ਅਰਾਊਂਡ ਦੀ ਕਾਰਨਰ। ਤੇ ਅੱਜ ਦਾ ਪ੍ਰੋਗਰਾਮ ਜਿਹੜਾ ਆਵਾਜ਼ ਇੰਟਰਨੈਸ਼ਨਲ ਦਾ, VPO ਵੈਬ ਇੰਟਰਨੈਸ਼ਨਲ ਮੀਡੀਆ ਵੱਲੋਂ ਪੰਜਾਬ ਰੌਕਸ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਗਿਆ। ਕੱਲ ਯਾਨੀ ਕਿ ਮੰਡੇ ਦੀ ਸਵੇਰ ਨੂੰ ਟੋਰਾਂਟੋ ਟਾਈਮ 8 ਵਜੇ ਰੇਡੀਓ ਚੰਡ ਪਰਦੇਸੀ ਤੇ ਹੋਏਗੀ ਤੁਹਾਡੇ ਨਾਲ ਮੁਲਾਕਾਤ, ਤੇ ਅਗਲੇ ਹਫਤੇ ਇਸੀ ਟਾਈਮ ਤੇ ਅਗਲਾ ਐਪੀਸੋਡ ਲੈ ਕੇ ਪੰਜਾਬ ਰੌਕਸ ਦਾ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ। ਜਦ ਤੱਕ ਦੋਸਤੋ, ਹੈਵ ਅ ਸੇਫ ਵੀਕ, ਹੈਪੀ ਹੋਲੀਡੇਜ਼, ਮੈਰੀ ਕ੍ਰਿਸਮਸ, ਸਤਿ ਸ੍ਰੀ ਅਕਾਲ, ਖੁਸ਼ ਰਹੋ, ਆਬਾਦ ਰਹੋ।